ਧਰਮਿੰਦਰ ਸਿੰਘ ਗੋਰਾ ਉਹ ਵੀ ਆਪਣਾ ਸਨਮਾਨ ਚਿਹਨ ਪ੍ਰਾਪਤ ਕਰਨ ਕਰਨ ਰੋਲਦੂ ਢਿੱਲੋਂ ਰੋਲਦੂ ਨੂੰ ਵੀ ਬੇਨਤੀ ਬਈ ਸਟੇਜ ਤੇ ਆਉਣ ਰੋਲਦੂ ਢਿੱਲੋਂ ਓ ਬੱਲੇ ਬਾਈ ਤੇਜਪਾਲ ਸ਼ਰਮਾ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਨਮਾਨ ਚਿਹਨ ਲੈ ਕੇ ਜਾਣ ਜਾਣ ਨਰਾਇਣ ਆਸਟ੍ਰੇਲੀਆ ਉਹਨਾਂ ਵੱਲੋਂ ਸਾਨੂੰ 5500 ਰੁਪਇਆ ਪਹੁੰਚਿਆ ਸੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇਜਪਾਲ ਸ਼ਰਮਾ ਲਵਪ੍ਰੀਤ ਲਵੀ ਜੀ 3 ਇੰਚ ਦਾ 3 ਇੰਚ ਆ ਪੁਆਇੰਟ ਜੀ 3 ਇੰਚ ਸ਼ੇਅਰ ਕਰੋ ਮੇਰਾ ਵੀਰ ਦੱਬ ਕੇ ਮੈਚ ਬਹੁਤ ਘੈਂਟ ਆ ਗੱਡੂਆਂ ਤੇ ਘੱਟਿਆ ਲਈ ਦਾ ਮੌਸਮ ਵੀ ਖਰਾਬ ਹੁੰਦਾ ਸੀ ਦੱਸਦਾ ਆ ਕਣੀ ਆਊਟ ਬਾਲ ਤੇਜਪਾਲ ਸ਼ਰਮਾ 3 ਇੰਚ ਪੁਆਇੰਟ ਸਰਵਿਸ ਚੇਂਜ ਕਰਨੈਲ ਸਿੰਘ ਢਿੱਲੋਂ ਦੇ ਪਰਿਵਾਰ ਦਾ ਸਨਮਾਨ ਚਿਹਨ ਰੋਦੂ ਸਿੰਘ ਢਿੱਲੋਂ ਤੇਜਪਾਲ ਸ਼ਰਮਾ ਜੀ ਪਾਰਸਪੁਰੀ ਜੀ ਮੈਨੂੰ ਨਾ ਵਟਸਐਪ ਤੇ ਮੈਸੇਜ ਕਰਿਆ ਕਰੀ ਮਨਦੀਪ ਸਿੰਘ ਫੌਜੀ ਜੀ ਜ਼ਰੂਰ ਥੈਂਕ ਯੂ ਬਹੁਤ ਧੰਨਵਾਦ ਬਾਈ ਪਹੁੰਚਿਆ ਫੌਜੀ ਸਾਹਿਬ ਥੱਲੇ ਨੰਬਰ ਚੱਲ ਰਿਹਾ ਮੇਰਾ ਸਕਰੀਨ ਤੇ ਮਨਦੀਪ ਸਿੰਘ ਜੀ ਫੌਜੀ ਫੌਜੀ ਸਭ ਬਹੁਤ ਧੰਨਵਾਦ ਜੁਗਨੂ ਜਸਪ੍ਰੀਤ ਆ ਮੇਰੇ ਕੋਲ ਦੋ ਲੱਖ ਜਸਪ੍ਰੀਤ ਬੂਟਾ ਨੈਣੇ ਵਾਲੀ ਬੂਟੇ ਬਾਈ ਦੋ ਮਿੰਟ ਸੁਖਵੀਰ ਸਿੰਘ ਸੰਧੂ ਜੀ ਨੈਟ ਤੇ ਇਧਰਲੀ ਸਾਈਡ ਹੈ ਜੀ ਖੁਸ਼ਦੀਪ ਰਾੜ ਖੁਸ਼ੀ ਕੱਟਿਆਂ ਦੀ ਪਰਲੀ ਸਾਈਡ ਹੈ ਜੀ ਚਾਹ ਪੱਤੀ ਗੰਨੂ ਵਾਲਾ ਸੋਨੂ ਉਹਨਾਂ ਦੇ ਸੈਂਟਰਮੈਨ ਬਾਹਰੋਂ ਖੇਡ ਰਹੇ ਜੀ ਉੱਧਰ ਸੁੱਖ ਪਜੇਟਿਆਂ ਵਾਲਾ ਹਾਂਜੀ ਹਾਂਜੀ ਜਿਹੜਾ ਨੰਬਰ ਉੱਪਰ ਸਕਰੀਨ ਤੇ ਚੱਲ ਰਹੇ ਨੇ ਜੀ ਥੱਲੇ ਸਕਰੀਨ ਤੇ ਚੈੱਕ ਕਰਿਓ 8720-3162 ਇਹੀ ਨੰਬਰ ਇੱਕੋ ਹੀ ਨੰਬਰ ਹੈ ਜੀ ਮੇਰੇ ਕੋਲ ਇਹੀ ਚੱਲਦਾ ਪਨੈਰੀ ਵਿਜੇ ਜੀ ਆਈ ਸੀਗੀ ਪਨੈਰੀ ਹਰ ਗਈ ਪਿਛਲਾ ਮੈਚ ਜੀ ਕਟਿਆਲੀ ਨੂੰ ਉਧਰ ਸਾਡੇ ਪੁਰਾਣੇ ਮਹਾਰਥੀ ਖਿਡਾਰੀ ਇਹਨਾਂ ਨੇ ਇਸ ਨਗਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਵਾਲੀਬਾਲ ਦਾ ਬੂਟਾ ਲਾਇਆ ਅੱਜ ਉਹਨਾਂ ਖਿਡਾਰੀਆਂ ਦੇ ਮਾਣ ਸਨਮਾਨ ਸਾਡੀ ਸਮੁੱਚੀ ਕਲੱਬ ਦੇ ਵੱਲੋਂ ਕੀਤੇ ਜਾ ਰਹੇ ਹੈ
ਇੱਕ ਪਿਆਰ ਇੱਕ ਸਤਿਕਾਰ ਜਿਹੜਾ ਸਮੁੱਚੀ ਖੇਡ ਕਲੱਬ ਦੇ ਵੱਲੋਂ ਦਿੱਤਾ ਜਾਂਦਾ ਹੈ। ਸਾਡੇ ਪੁਰਾਣੇ ਖਿਡਾਰੀ ਇਹਨਾਂ ਦੇ ਵਾਲੀਬਾਲ ਮੋਢਿਆਂ ਤੇ ਚੜ੍ਹ ਕੇ ਲੱਗੀ ਹੈ। ਇੱਕ ਪਿਆਰ ਇੱਕ ਮਾਣ ਇੱਕੋ ਇੱਕ ਪਿੰਡ ਹੈ ਪੰਜਾਬ ਦਾ ਥੰਮਣ ਵਾਲਾ ਜਿੱਥੇ ਬਜ਼ੁਰਗ ਕਹਿੰਦੇ ਬੜਾ ਪਿਆਰ ਕਰਦੇ ਆ ਵਾਲੀਬਾਲ ਨੂੰ, ਨਹੀਂ ਤੇ ਦੇਖਿਆ ਵੀ ਸਟੇਜ ਬਿਲਕੁਲ ਖਾਲੀ ਹੁੰਦੀ ਹੈ ਜਾਂ ਨਵੇਂ ਮੁੰਡੇ ਹੁੰਦੇ ਆ ਸਟੇਜ ਤੇ। ਇੱਕ ਇੱਕ ਪਿੰਡ ਹੈ ਥੰਮਣ ਵਾਲਾ, ਆਪਾਂ ਦਾਅਵੇ ਨਾ ਕਹਿ ਸਕਦੇ ਹੈ ਵੀ ਜਿੱਥੇ ਬਾਬੇ ਬੜੇ ਚਾਹ ਦੇ ਨਾਲ ਵਾਲੀਬਾਲ ਦਾ ਆਨੰਦ ਮਾਣਦੇ ਹੈ, ਬੜਾ ਪਿਆਰ ਕਰਦੇ ਹੈ। ਅੱਜ ਪੁਰਾਣੇ ਖਿਡਾਰੀਆਂ ਦਾ ਵੱਡਾ ਮਾਣ ਕੀਤਾ ਜਾਣਾ ਹੈ, ਨਾਲ ਇਸ ਇਲਾਕੇ ਦਾ ਵੀ ਦੁਨੀਆਂ ਦਾ ਵੱਡਾ ਖਿਡਾਰੀ ਹੈ ਰਾਜਿਆਂ ਦਾ ਗੁਰਦੇਵ ਸਿੰਘ ਢਿੱਲੋਂ, ਉਹਦੇ ਮਾਣ ਸਨਮਾਨ ਜਿਹੜੇ ਸਾਡੇ ਸੋਨਦਾਸ ਜੀ ਸ਼ਰਮਾ ਉਹਨਾਂ ਵੱਲੋਂ ਕੀਤੇ ਜਾਣੇ ਹੈ। ਪੁਰਾਣੇ ਖਿਡਾਰੀਆਂ ਦੇ ਸਨਮਾਨ ਹੋਣਗੇ ਤੇ ਸ਼ਰਮਾ ਜੀ ਸਾਡੇ ਉਹਨਾਂ ਦੇ ਨਾਂ ਇੱਕ ਵਾਰੀ ਜ਼ਰੂਰ ਬੋਲ ਦੇਣਗੇ। ਚਾਰ ਤਿੰਨ ਉਧਰ ਸਾਡੇ ਸਰਦਾਰ ਸਰਬਜੀਤ ਸਿੰਘ ਜੀ, ਮੈਨੂੰ ਤਿੰਨ ਫੋਟੋ ਖਿੱਚੀ, ਮੈਂ ਇੱਕ ਵਾਰੀ ਪੁੱਛੀ ਉਹਨੂੰ ਤਿੰਨ ਹੀ ਚ ਲੱਗਦਾ ਮਾਈਕ ਤੇ ਵਜੀ ਫੋਟੋ ਚ ਕੀ ਦੇ ਸਰਦਾਰ ਜਸਵਿੰਦਰ ਸਿੰਘ ਜੀ ਢਿੱਲੋਂ ਉਹਨਾਂ ਦਾ ਮਾਣ ਸਨਮਾਨ ਕੀਤਾ ਜਾਣਾ ਜੀ। ਸਰਦਾਰ ਜਸਵਿੰਦਰ ਸਿੰਘ ਜੀ ਢਿੱਲੋਂ ਉਹ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ ਜੀ। ਇਹ ਮਾਣ ਸਨਮਾਨ ਗੈਰੀ ਆਸਟ੍ਰੇਲੀਆ, ਕੁਲਦੀਪ ਢਿੱਲੋਂ USA, ਮਾਪਾ ਆਸਟ੍ਰੇਲੀਆ ਤੇ ਭੱਲਾ ਢਿੱਲੋਂ ਕੈਨੇਡਾ ਇਹਨਾਂ ਵੀਰਾਂ ਵੱਲੋਂ ਕੀਤੇ ਜਾ ਰਹੇ ਹੈ। ਸਾਹਮਣੇ ਖੜ ਕੇ ਖਿੱਚੀ ਜੋ ਇੱਥੇ ਆਊਗੀ ਪੁਆਇੰਟ ਪਹੁੰਚ ਪਹਿਲਾਂ ਪੁਆਇੰਟ ਕੀ ਹੈ ਚਾਰ ਦਿਨ ਮੈਨੂੰ ਤਿੰਨ ਇੰਚ ਲੱਗਦੇ ਸੀ ਹੁਣ ਬਣਾ ਦੀ ਹੋਵੇ ਪੁੱਛੀ ਅੱਤਰ ਪੰਜ ਤਿੰਨ ਜੀ ਓਕੇ ਪੁੱਛੀ ਮਾੜਾ ਕੁ ਕੰਮ ਕਰ ਲਾ ਕੰਮ ਜਿਹੜੇ ਕੱਲ ਨੂੰ ਜਾਣਾ ਘੇਰਾ ਰੋਡਾ ਖੁੱਲਾ ਕਰ ਲਈ ਆਪਾਂ ਜੁਗ ਨੂੰ ਜੁਗਨੂੰ ਵੱਡਾ ਮਾਣ ਵੱਡਾ ਪਿਆਰ ਸਾਡੇ ਢਿੱਲੋਂ ਸਾਹਿਬ ਦਾ ਕੀਤਾ ਜਾ ਰਿਹਾ ਹੈ। ਲੈ ਵੀ ਜਸਪ੍ਰੀਤ ਅਗਲਾ ਸਨਮਾਨ ਵੀ ਦੱਸ ਦੀ ਜਸਪ੍ਰੀਤ ਜੀ ਅਗਲਾ ਸਨਮਾਨ ਬੋਲਿਓ ਕੁਲਜੀਤ ਮਾਸਟਰ ਜੀ ਸਾਡੇ ਅਗਲਾ ਸਨਮਾਨ ਹੋਵੇਗਾ ਕੁਲਜੀਤ ਮਾਸਟਰ ਜੀ ਜੀ ਅਗਲਾ ਸਨਮਾਨ ਪ੍ਰੀਤ ਢਿੱਲੋਂ ਜੀ ਸਾਡੇ ਉਹ ਵੀ ਨੇੜੇ ਰਹਿ ਰਹੇ ਪ੍ਰੀਤ ਢਿੱਲੋਂ ਜੀ ਜੀ ਅਗਲਾ ਸਨਮਾਨ ਉਹਨਾਂ ਦਾ ਕੀਤਾ ਜਾਣਾ ਇੱਧਰ ਸਾਡੇ ਮਾਸਟਰੀ ਦਾ ਸਨਮਾਨ ਪ੍ਰੀਤ ਢਿੱਲੋਂ ਜੀ ਜੀ ਜੱਸਾ ਦਾ ਕਰਕੇ ਅਗਲਾ ਸਨਮਾਨ ਹੋਵੇਗਾ ਸਹੀ ਤਾਂ ਹੈ ਸਨਮਾਨ ਪ੍ਰਾਪਤ ਕਰਨ ਜੀ ਹੈਪੀ ਗਿੱਲ ਮਾਣਾ ਗਿੱਲ ਜੀ ਮਾਣਾ ਗਿੱਲ ਮਾਣੇ ਗਿੱਲ ਦਾ ਮਾਣ ਹੋ ਰਿਹਾ ਹੈ ਹਰਮਨ ਕੈਨੇਡਾ ਜੀ
ਹਰਮਨ ਕਨੇਡਾ ਮੱਸੇ ਸਨਮਾਨ ਇਹ ਗਹਿਰੀ ਆਸਟ੍ਰੇਲੀਆ ਉਹ ਭਰਾ ਵੀ ਜਿਹੜੇ ਦਿੱਤੇ ਜਾ ਰਹੇ ਹੈ ਨਾਲ ਕੁਲਦੀਪ ਜੀ ਯੂਐਸਏ ਦੇ ਵਾਹ ਜੀ ਵਾਹ ਜੀ ਵਾਹ ਭਾਲੂ ਦੀ ਭੂਆ ਦਾ ਪੁੱਤਰ ਹੈ ਮਾਮੇ ਭੂਆ ਦੇ ਪੁੱਤਰ ਹੈ ਗੋਪੀ ਸਤਾ ਜੀ ਗੋਪੀ ਨੀ ਦੀ ਨਾ ਮੈਨੂੰ ਮੈਨੂੰ ਆਓ ਜੀ ਅਕਾਸ਼ ਜੀ ਲਓ ਸਮਾਨ ਅਗਲਾ ਬੋਲਦੇ ਜੀ ਪੂਰਾ ਜੀ ਗੱਲ ਜਸ ਕਰੇ ਜੀ ਵਾਹ ਜੀ ਵਾਹ ਜੀ ਵਾਹ ਦੱਸ ਕੇ ਜਾ ਉਧਰ ਜਸਪ੍ਰੀਤ ਦਾ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਖਿਡਾਰੀ ਸਨਗਰ ਦਾ 6-3 ਹੀ ਮਿਲਦਾ ਤਾ ਜੀ ਸਰਵ ਚੇਂਜ ਪਾਉ ਮੈਂ ਲਦਾਨ ਫਿੱਟ ਹੋ ਗਿਆ ਪਾਉ ਨੂੰ ਦਿੱਕਤ ਆ ਗਈ ਥੋੜੀ ਜਿਹੀ ਕੋਈ ਸ਼ੇਅਰ ਕਰੋ ਮੇਰਾ ਵੀ ਸਾਰੇ ਭਰਾ ਸ਼ੇਅਰ ਕਰੀ ਚੱਲੋ ਆਓ ਜੀ ਕਾਸ਼ ਜੀ ਮੈਚ ਬਹੁਤ ਤਕੜੇ ਲੱਗਨੇ ਸਾਰੇ ਜੀ ਗੁਪੀ ਉਸਤਾਦ ਆ ਗਿਆ ਹੈ ਹੈਪੀ ਗੱਲ ਜੀ ਸਾਡੇ ਗੋਪੀ ਦੇ ਹੈ ਨੀ ਮੈਨੂੰ ਲੱਗਦਾ ਆਓ ਜੀ ਗੋਪੀ ਗੋਪੀ ਬਹੁਤ ਪੁਰਾਣਾ ਖਿਡਾਰੀ ਹੈ ਗੋਪੀ ਦਾ ਮਾਂ ਉਧਰ ਗੁਰੂ ਘਰ ਦੇ ਬਾਬਾ ਜੀ ਉਹਨਾਂ ਨੂੰ ਵੇਖਦੇ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨਗੇ ਬਾਬਾ ਗੁਰਬਚਨ ਜੀ ਯੁਗ ਨੂੰ ਢਿੱਲੋ ਜੀ ਆ ਜਾਓ ਯੁਗ ਨੂੰ ਢਿੱਲੋ ਲੈ ਵੀ ਆ ਜੁਗ ਨੂੰ ਹਰਪ੍ਰੀਤ ਜੀ ਮਲੇਸ਼ੀਆ ਸਾਡੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਹਰਪ੍ਰੀਤ ਮਲੇਸ਼ੀਆ ਪ੍ਰਧਾਨ ਸਾਡੇ ਸੇਵ ਕਰਾਂਗੇ ਫੌਜੀ ਨਾਲ ਸਾਡੇ ਫੁੱਫੜ ਸਾਹਿਬ ਸਰਬਜੀਤ ਸਿੰਘ ਜੀ ਮਾਨ ਸਾਹਿਬ ਉਹ ਮਿੱਤਰ ਮੰਡਲੀ ਸਾਡੇ ਦਰਮਿਆਨ ਆ ਗਈ ਹੈ ਵੱਡਾ ਧੰਨਵਾਦ ਆਪਾਂ ਕਰਾਂਗੇ ਖੇਡਣ ਨੂੰ ਬੜਾ ਪਿਆਰ ਕਰਦੇ ਹੈ ਬੜੇ ਨੇਕ ਇਨਸਾਨ ਨੇ ਵੀ ਸਾਡੇ ਦਰਮਿਆਨ ਪੁੱਜ ਗਏ ਹੈ ਪੰਜੇਟਿਆਂ ਵਾਲਾ ਸੁੱਖ ਜੀ ਇੱਧਰ ਸੈਂਟਰ ਚ ਪਰਲੀ ਸਾਈਡ ਗੰਡੂਆਂ ਦੇ ਸੈਂਟਰ ਚ ਕਲੋਜ਼ ਫਾਈਟਰ ਨਹੀਂ ਆਇਆ ਜੀ ਮੇਜਰ ਕੰਬੋਜ ਸਰਦਾਰ ਸੁਖਮੰਦਰ ਸਿੰਘ ਜੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਰਦਾਰ ਸੁਖਮੰਦਰ ਸਿੰਘ ਜੀ ਪ੍ਰੀ ਕੁਆਟਰ ਮੈਚ ਹੈ ਜੀ ਇਸ ਤੋਂ ਬਾਅਦ ਕੁਆਟਰ ਸ਼ੁਰੂ ਹੋ ਗਏ ਜੀ ਸਾਰੇ ਬਾਕੀ ਇੱਕ ਕੁਆਟਰ ਉਧਰ ਚੱਲੀ ਜਾਂਦਾ ਹੈਗਾ ਮਣੀ ਢਿੱਲੋ ਜੀ ਸਾਡੇ ਇਹ ਪ੍ਰੀ ਕੁਆਟਰ ਚੱਲ ਰਿਹਾ ਜੀ ਮਣੀ ਢਿੱਲੋ ਦਾ ਮਾਨ ਕੀਤਾ ਜਾ ਰਿਹਾ ਹੈ ਪ੍ਰੀਤ ਗੇੜ ਦੀ ਜੰਗ ਦੀ
ਜਗਨੂ ਬਾਬਾ ਜੀ ਆ ਜਾਓ ਆ ਗਿਆ ਜਗਨੂ ਦੇ ਮੁੰਡੇ ਜਗਨੂ ਬਾਬਾ ਜੀ ਆ ਜਾਓ ਹੀਰਾ ਢਿੱਲੋਂ ਸਾਡਾ ਜਸ਼ਨ ਅੱਠ ਸੱਤ ਤਿੰਨ ਅੱਠ ਤਿੰਨ ਉਧਰ ਸਾਡੇ ਗੁਰਦੇਵ ਸਿੰਘ ਜੀ ਢਿੱਲੋਂ ਰਾਜਿਆਂ ਨਾਲ ਸੋਨ ਰਾਜੇ ਸ਼ਰਮਾ ਦਾ ਵੀ ਅਪਮਾਨ ਕੀਤਾ ਜਾ ਰਿਹਾ ਹੈ। ਕਹਿੰਦਾ ਵੀ ਮੇਰੇ ਤੋਂ ਸੰਧੀ ਦੇ ਖਿਡਾਰੀਆਂ ਦੇ ਵਿੱਚ ਕਿਹ ਢਿੱਲੋਂ ਰਾਜਿਆਂ ਨਾਲ ਜੈ ਸੁਖੂ ਦੀ ਗੱਲ ਹੈ ਤੇ ਜੇ ਗੱਲ ਕਹਿੰਦੇ ਕਨਿਹਾਰੀ ਵਾਲੇ ਸਾਧੂ ਦੀ ਹੈ ਬਹੁਤ ਵੱਡਾ ਮਾਣ ਹੈ ਇਸ ਇਲਾਕੇ ਦਾ ਨਹੀਂ ਪੂਰੀ ਦੁਨੀਆਂ ਦੇ ਵਿੱਚ ਨੌ ਹੈ ਰਾਜਿਆਂ ਨੇ ਢਿੱਲੋਂ ਦਾ ਜਿਹੜੀ ਬਾਰੀ ਢਿੱਲੋਂ ਖਿੜ ਗਿਆ ਇਹ ਵੀ ਕੋਈ ਗੱਲਾਂ ਗਾਵਾਂ ਖਿੜ ਸਕਦਾ ਹੈ ਵੱਖਰੀ ਦਹਿਕ ਜਿਹੜੀ ਰਾਜਿਆਂ ਨੇ ਗੁਰਦੇਵ ਸਿੰਘ ਢਿੱਲੋਂ ਦੀ ਰਹੀ ਹੈ ਇਹਨਾਂ ਮੈਦਾਨਾਂ ਦੇ ਵਿੱਚ ਉਧਰ ਸਾਡੇ ਸੋਹਣ ਜੀ ਸ਼ਰਮਾ ਉਹਨਾਂ ਦਾ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਵੱਡੀ ਸਾਡੀ ਖੇਡ ਕਲੱਬ ਧੰਨ ਧੰਨ ਬਾਬਾ ਸੁੱਚਾ ਸਿੰਘ ਜੀ ਉਹਨਾਂ ਦੀ ਯਾਦ ਦੇ ਸਮਰਪਣ ਵੱਡਾ ਮੇਲਾ ਹੈ ਧਰਮਿੰਦਰ ਸਿੰਘ ਜੀ ਸਾਡੇ ਗੋਰਾ ਬਾਈ ਜੀ ਬੜਾ ਪਿਆਰ ਕਰਦੇ ਵਾਲੀਬਾਲ ਦੀ ਦੁਨੀਆ ਨੂੰ ਵੱਡਾ ਮਾਣ ਵੱਡਾ ਪਿਆਰ ਕਰਨਵੀਰ ਵੜ ਜੀ ਨੌ ਤਿੰਨ ਹੋ ਗਏ ਨੌ ਪੁਆਇੰਟ ਗੰਡੂਆਂ ਦੇ ਤਿੰਨ ਪੁਆਇੰਟ ਕਟਹਿਰੀ ਦੇ ਦਸ ਪੁਆਇੰਟ ਹੋ ਗਏ ਜੀ ਗੰਡੂਆਂ ਦੇ ਉਧਰ ਸਾਡੇ ਮਾਸਟਰ ਡਿਪਟੀ ਲਾਲ ਜੀ ਉਹਨਾਂ ਦਾ ਮਾਣ ਉਹਨਾਂ ਦਾ ਸਨਮਾਨ ਮਾਸਟਰ ਡਿਪਟੀ ਲਾਲ ਜੀ ਸਰਦਾਰ ਹਰਜੀਤ ਸਿੰਘ ਜੀ ਢਿੱਲੋਂ ਸਾਹਿਬ ਵੱਡਾ ਮਾਣ ਵੱਡਾ ਪਿਆਰ ਦਿੱਤਾ ਜਾ ਰਿਹਾ ਹੈ ਸਰਦਾਰ ਹਰਜੀਤ ਸਿੰਘ ਜੀ ਢਿੱਲੋਂ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਥੰਮਨ ਵਾਹ ਜੀ ਵਾਹ ਯਾਸਤਰੀ ਦੇ ਫਾਦਰ ਸਾਹਿਬ ਵੱਡਾ ਧੰਨਵਾਦ ਹੈ ਸਰਦਾਰ ਭਗਵਾਨ ਸਿੰਘ ਜੀ ਥੰਮਨ ਵੱਡਾ ਪਿਆਰ ਵਾਲੀਬਾਲ ਦੇ ਉੱਚ ਕੋਟੀ ਦੇ ਖਿਡਾਰੀ ਸਰਵਾਗ ਵਾਸੀ ਰੇਸ਼ਮ ਸਿੰਘ ਜੀ ਢਿੱਲੋਂ ਜੁਗਨੂ ਦੇ ਫਾਦਰ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਰਮਾਨ ਮਹਿਤਾ ਜੀ ਅਗਲਾ ਕੁਆਟਰ ਹੈ ਜੀ ਲਾਸਟ ਬਸ ਬਾਅਦ ਚੋਂ ਸੈਮੀ ਸ਼ੁਰੂ ਹੋਈ ਸਵਰਗ ਵਾਸੀ ਸਰਦਾਰ ਮੇਜਰ ਸਿੰਘ ਜੀ ਢਿੱਲੋਂ ਸਾਡੇ ਇਹ ਪੁਰਾਣੇ ਰਾਮ ਮੈਂ ਬਾਬਾ ਬੋੜ ਹੈ ਵਾਲੀਬਾਲ ਦੇ ਦੋ ਕੁਆਟਰ ਸਰਦਾਰ ਮੇਜਰ ਸਿੰਘ ਜੀ ਢਿੱਲੋਂ ਉਹਨਾਂ ਦਾ ਮਾਣ ਦੋ ਕੁਆਟਰ ਖਤਮ ਹੋ ਗਏ ਜੀ ਦੋ ਟੀਮਾਂ ਸੈਮੀ ਚ ਸਰਦਾਰ ਬਲਵਿੰਦਰ ਸਿੰਘ ਜੀ ਜੀ ਸਾਹਿਬ ਕੁਆਟਰ ਚੱਲੀ ਜਾਂਦਾ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਲਈ ਜੀ ਸਾਹਮਣੇ ਪ੍ਰੀ ਕੁਆਟਰ ਚੱਲ ਰਿਹਾ ਜੀ ਇੱਕ ਇੱਕ ਕੁਆਟਰ ਚੱਲੀ ਜਾਂਦਾ ਇੱਕ ਪ੍ਰੀ ਕੁਆਟਰ ਚੱਲੀ ਜਾਂਦਾ ਜੀ ਇਹਨਾਂ ਚ ਜਿਹੜੀ ਜਿੱਤ ਗਈ ਦੰਡੂਆਂ ਦੇ ਕਟਿਆਲੀ ਤੋਂ ਉਹਦਾ ਗਾਂ ਕੁਆਟਰ ਫਾਈਨਲ ਹੋਣਾ ਜੀ ਭੁੱਟੀ ਵਾਲੇ ਦੇ ਨਾਲ ਉਸ ਤੋਂ ਬਾਅਦ ਸੈਮੀ ਚ ਸੈਮੀ ਦੀ ਗੱਲਬਾਤ ਹੋਗੀ ਜੀ ਸੈਮੀ ਹੋਣਾ ਗਾ ਫਿਰੋਸ਼ਾ ਤੀਰਥ ਦੀ ਟੀਮ ਦੇ ਨਾਲ ਲੱਭੇ ਹੋ ਰਹੀ ਆ ਫਿਰੋਸ਼ਾ ਤੀਰਥ ਦੀ ਟੀਮ ਚ ਉਸਤਾਦ ਜਾਦੂਗਰ ਦੀ ਟੀਮ ਦੇ ਨਾਲ ਬਾਬਾ ਫਿਰੋਸ਼ਾ ਬਾਹਰੋਂ ਖੇਡ ਰਿਹਾ ਰਾਜਦੀਪ ਸਿੰਘ ਵਾਲੇ ਵਾਲਾ
ਖੁਸ਼ੀ ਆ ਗਿਆ ਸਾਈਡ ਤੇ ਹੁਣ ਚੂਚੀ ਨੈਟ ਤੇ ਕਰਤਾ ਸਰਦਾਰ ਜਗਸੀਰ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਦਾ ਮਾਣ ਸਨਮਾਨ ਭੱਲੇ ਦੇ ਫਾਦਰ ਸਾਹਿਬ ਅਵਤਾਰ ਸਿੰਘ ਜੀ ਤਾਰਿਕ ਸਾਡੇ ਲੰਗਰ ਕਮੇਟੀ ਦੇ ਵਿੱਚ ਬਹੁਤ ਵਧੀਆ ਸਵਾਮੀ ਹੈ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਅਵਤਾਰ ਸਿੰਘ ਜੀ ਤਾਰਿਕ ਜਗਦੀਪ ਢਿੱਲੋਂ ਜੀ ਆਸਟ੍ਰੇਲੀਆ ਉਹਨਾਂ ਦੇ ਸਾਧ ਸਾਰੇ ਮਾਣ ਸਨਮਾਨ ਲੈਣਗੇ ਜੀ ਸਰਦਾਰ ਜਗਦੀਪ ਸਿੰਘ ਜੀ ਢਿੱਲੋਂ ਸਾਹਿਬ ਸਾਡੇ ਸਰਵਿਸ ਚੇਂਜ ਜੀ 3-13 ਅਮਨਦੀਪ ਜੀ ਸਿੱਧੂ ਨਹੀਂ ਆਇਆ ਜੀ ਦੂਜਾ ਸੈਮੀ ਹੈ ਜੀ ਜਿਹੜੀ ਆਦਮ ਸਰਦਾਰ ਜਗਸੀਰ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਤੇ ਪ੍ਰੋਸ਼ਾ ਸੀ ਜੋ ਜਿੱਤ ਗਈ ਉਹਨਾਂ ਦਾ ਮੈਨੂੰ ਲੱਗਦਾ ਸੈਮੀ ਹੈਗਾ 12 ਹੋਏ ਮਹਿੰਦਰਪਾਲ ਜੀ ਸ਼ਰਮਾ ਸਾਡੇ ਉਹਨਾਂ ਦਾ ਮਾਣ ਵੱਡਾ ਪਿਆਰ ਬਹੁਤ ਵੱਡਾ ਸਹਿਯੋਗ ਇਹਨਾਂ ਖੇਡਾਂ ਦੇ ਲਈ ਹੈ ਸੈਂਟਰ ਚ ਵੱਡਾ ਪਿਆਰ ਬਜਟ ਵਾਲਾ ਸੁੱਖ 3-12 ਸਰਵਿਸ ਚ ਬਜਟ ਵਾਲਾ ਸੁੱਖ ਹੈ ਜੀ ਸੈਂਟਰ ਚ ਸਾਹਮਣੇ ਪਰਲੀ ਸਾਈਡ ਸੈਂਟਰ ਚ ਰੈਂਕ ਪਤੰਗ ਵਾਲਾ ਬਲਵਿੰਦਰ ਸਿੰਘ ਜੀ ਜੀ ਸਾਹਿਬ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਸੈਮੀ ਚ ਹੋਰ ਟੀਮ ਕਿਹੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਵਾਲੇ ਮੁੰਡੇ ਮੱਲਾ ਦਾ ਸੈਮੀ ਚ ਹਾਂਜੀ ਮਾਨ ਵਾਲੇ ਆ ਸੈਮੀ ਚ ਰਿਟਾਇਰਡ ਮਾਨ ਵਾਲਾ ਮੈਚ ਹੋਊਗਾ ਹਰਜੀਤ ਸਿੰਘ ਉਹਨਾਂ ਨੇ ਪੁਰਾਣੇ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਅਸੀਂ ਜਿੰਨੇ ਵੀ ਪੁਰਾਣੇ ਮਾਨ ਸਨਮਾਨ ਕੀਤਾ ਅਸੀਂ ਜਗਦੀਪ ਸਿੰਘ ਸਾਨੂੰ ਹਰਜੀਤ ਸਿੰਘ ਇੰਸਪੈਕਟਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਪੁਰਾਣੇ ਖਿਡਾਰੀ ਅਸੀਂ ਤਾਂ ਚਲੋ ਜਿਹਾ ਕੰਮ ਕਰਦੇ ਸੀ ਪਰ ਇਸ ਵਾਸਤਾ ਇਹ ਮੁੰਡੇ ਖਿਡਾਰੀ ਆ ਰਹੇ ਸੁੱਖਾ ਇਹ ਜਗਦੀਪ ਸਿੰਘ ਹੁਣ ਪਹਿਲਾਂ ਤਾਂ ਪੰਜਾਬ ਚ ਮੱਲਾ ਮਾਰਦੇ ਰਹੇ ਆ ਤੇ ਹੁਣ ਇਹ ਆਸਟ੍ਰੇਲੀਆ ਚ ਮੱਲਾ ਮਾਰਦੇ ਆ ਇਹ ਆਪਣੇ ਸਾਡੇ ਖੰਨਮ ਦਾ ਨਾਂ ਨਹੀਂ ਕੀਤਾ ਬਲਕਿ ਮੋਗੇ ਜ਼ਿਲ੍ਹੇ ਦਾ ਉਹਨੇ ਨਾਂ ਰੋਸ਼ਨ ਕੀਤਾ ਬਲਕਿ ਹੁਣ ਆਸਟ੍ਰੇਲੀਆ ਚ ਉਸ ਤਰ੍ਹਾਂ ਮਾਰ ਰਿਹਾ ਬਹੁਤ ਬਹੁਤ ਧੰਨਵਾਦ ਖਿਡਾਰੀ ਦਾ ਕਿਉਂਕਿ ਜਿਹੜਾ ਪਿੰਡ ਦਾ ਨਾਂ ਖਿਡਾਰੀ ਬਣਾਉਂਦਾ ਬਹੁਤ ਚੰਗੀ ਗੱਲ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਲੋ ਬਹੁਤ ਬੜਾ ਮੈਚ ਚੱਲੇ ਵੀ ਆਓ ਲੈ ਦੇਖ ਦੇਖ ਕਿਹੜੀ ਨੇ ਜਿੱਤਣਾ ਯਾਦੂਗਰ ਵੀ ਆ ਕੇ ਖੜ ਗਿਆ ਜੇਲੇ ਵਾਲੇ ਵੀ ਖੇਡ ਰਹੇ ਹੈ ਵੱਡਾ ਮੈਚ ਕੋੜਾ
ਪੰਜ ਜਿਹੜੇ ਨੰਬਰ ਹੈ ਘੱਟਿਆਲੀ ਦੇ, 12 ਨੰਬਰ ਹੈ ਗੰਢ ਵਾਲਿਆਂ ਦੇ, 5 ਨੰਬਰ ਹੀ ਬਾਕੀ ਰਹਿ ਗਏ ਹੈ। ਉਹ ਸਾਹਮਣੇ ਖੁਸ਼ੀ ਸਾਈਡ ਤੇ ਹੋ ਗਿਆ, ਮੁੰਡਿਆਂ ਨੇ ਕਮਾਲ ਕਰ ਦਿੱਤੀ ਗੰਢ ਵਾਲਿਆਂ ਨੇ, ਭਾਊ ਵੀ ਸਾਈਡ ਤੇ ਕਰਤਾ ਮੁੰਡਿਆਂ ਨੇ, ਪੰਮੂ ਸੈਂਟਰ ਤੇ ਆ ਗਿਆ। ਕਹਾਣੀ ਮੈਨੂੰ ਬਹੁਤ ਜ਼ਿਆਦਾ ਵਿਗੜੀ ਲੱਗਦੀ ਹੈ, ਇੱਧਰ ਸੇਵਾ ਲੱਗ ਗਿਆ, ਮੈਂ ਇੱਧਰ ਵੀ ਬਹੁਤ ਤਕੜਾ। ਸਰਦਾਰ ਬਲਵਿੰਦਰ ਸਿੰਘ ਜੀ ਸਾਹਿਬ ਉਹਨਾਂ ਦਾ ਮਾਣ ਸਨਮਾਨ। ਖੁਸ਼ ਬਰਾੜ ਜੀ ਮਾਨਾ ਦਾ ਹੋਊਗਾ, ਮੈਂ ਵੀ ਅਗਲਾ ਸਨਮਾਨ ਕਰਾਈਏ ਆਪਾਂ। ਅਜੇ ਫਿਰੋਜ਼ਸ਼ਾਹ ਸੀ ਦਾ ਤੇ ਆਦਮਪੁਰੀ ਤਾਂ ਚੱਲੀ ਜਾਂਦਾ, ਉਹ ਤੇ ਜਿਹੜੀ ਜਿੱਤੂਗੀ ਉਹ ਮਾਨਾ ਨਾਲ ਸੈਮੀ ਖੇਡੂਗੀ ਜੀ। ਇਧਰੋਂ ਜਿਹੜੀ ਧਰਵਿੰਦਰ ਸਿੰਘ ਜੀ ਢਿੱਲੋਂ ਜੀ ਉਹਨਾਂ ਦਾ ਬੇਟਾ ਹੈ, ਧਰਵਿੰਦਰ ਉਹ ਜਰੂਰ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨਗੇ। ਸਰਜੀਤ ਸਿੰਘ ਧਾਲੀਵਾਲ ਉਹਨਾਂ ਦੇ ਪਰਿਵਾਰ ਦਾ ਵੀ ਮੈਂਬਰ ਆ, ਮਹਿੰਦਰ ਕੁਮਾਰ ਜੀ ਪਾਸੀ ਉਹਨਾਂ ਦੇ ਵੀ ਪਰਿਵਾਰ ਦਾ ਮੈਂਬਰ ਆ, ਤੇ ਉਹ ਵੀ ਆਪਣਾ ਸਨਮਾਨ ਚ ਲੈ ਕੇ ਜਾ ਰਿਹਾ। ਹੈਪੀ ਪਾਸੀ ਜੀ ਜਗਸੀਰ ਸਿੰਘ ਢਿੱਲੋਂ, ਕੋਈ ਵੀ ਇੱਥੇ ਪਰਿਵਾਰ ਦਾ ਮੈਂਬਰ ਆ ਤਾਂ ਆਪਣਾ ਸਨਮਾਨ ਚ ਪ੍ਰਾਪਤ ਕਰਨਗੇ। ਉਧਰ ਸਾਡੇ ਅੱਜ ਦੇ ਮੁੱਖ ਮਹਿਮਾਨ ਸ੍ਰੀ ਸੇਵ ਕਰਾਂਗੇ ਫੌਜੀ ਪ੍ਰਧਾਨ ਮਿਊਂਸੀਪਲ ਐਂਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ, ਅਜਿਹੇ ਤੌਰ ਤੇ ਸਾਡੇ ਦਰਮਿਆਨ ਪੁੱਜੇ ਹੈ, ਜਿਹਨਾਂ ਦਾ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ। ਸੋਨਦਾਸ ਜੀ ਸ਼ਰਮਾ ਸਾਡੇ ਨਾਲ, ਸਾਡੇ ਸੁਰਿੰਦਰ ਸਿੰਘ ਜੀ ਢਿੱਲੋਂ ਉਹਨਾਂ ਵੱਲੋਂ ਇੱਕ ਮਾਨ ਇੱਕ ਪਿਆਰ ਦਿੱਤਾ ਜਾਣਾ ਹੈ। ਮੈਂ ਸ੍ਰੀ ਸੇਵ ਕਰਾਂ ਫੌਜੀ ਨੂੰ ਬੇਨਤੀ ਕਰਦਾ ਜੀ ਆਪਣਾ ਸਨਮਾਨ ਪ੍ਰਾਪਤ ਕਰਨਗੇ। ਉਧਰ ਵੱਡਾ ਮਾਨ ਵੱਡਾ ਪਿਆਰ ਸ੍ਰੀ ਸੇਵ ਕਰਾਂਗੇ ਫੌਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ, ਜਿਹਨਾਂ ਦੀ ਅੱਜ ਬਹੁਤ ਵੱਡੀ ਹਾਜ਼ਰੀ ਹੈ। ਬੜੇ ਲੰਬੇ ਸਮੇਂ ਤੋਂ ਸਾਨੂੰ ਉਡੀਕ ਇੰਤਜ਼ਾਰ ਵੇਟ ਸੀ, ਨਾਮ ਸਰਦਾਰ ਸਰਜੀਤ ਸਿੰਘ ਜੀ ਮਾਨ ਸਾਡੇ ਸੁਪੜ ਜੀ ਗੂੜੀਆਂ ਰਿਸ਼ਤੇਦਾਰੀਆਂ। ਵੱਡਾ ਮਾਨ ਵੱਡਾ ਪਿਆਰ ਸਰਦਾਰ ਸਰਜੀਤ ਸਿੰਘ ਜੀ ਮਾਨ ਇੰਸਪੈਕਟਰ ਨਗਰ ਨਿਗਮ ਮੋਗਾ, ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ, ਇੱਕ ਪਿਆਰ ਦਿੱਤਾ ਜਾ ਰਿਹਾ ਹੈ, ਬਹੁਤ ਵੱਡੇ ਮਾਨ ਵਾਲੀ ਗੱਲ ਹੈ। ਸਰਦਾਰ ਰਣਜੀਤ ਸਿੰਘ ਜੀ ਮਾਂ ਸਾਹਿਬ ਅੱਜ ਬਹੁਤ ਵੱਡੀ ਹਾਜ਼ਰੀ। ਹਰਮਨ ਦੇ ਅਰਸ ਬਹੁਤ ਵਧੀਆ ਖਿਡਾਰੀ ਹੈ ਇਸ ਪਿੰਡ ਦੇ, ਵੱਡਾ ਧੰਨਵਾਦ ਆਪਾਂ ਕਰਾਂਗੇ। ਇੱਧਰ ਵੱਡੇ ਮਾਨ ਸਨਮਾਨ ਕੀਤੇ ਜਾ ਰਹੇ ਹੈ।
ਸੈਕਿੰਡ ਨਹੀਂ ਜੀ, ਪ੍ਰੀ ਕੁਆਟਰ ਰਾਊਂਡ ਆ, ਥਰਡ ਰਾਊਂਡ ਆ ਇੱਕ ਹਿਸਾਬ ਦਾ ਇਹ। ਥਰਡ ਰਾਊਂਡ 'ਚ ਇੱਕ ਮੈਚ ਹੀ ਸੀਗਾ ਮੈਨੂੰ ਲੱਗਦਾ, ਬਾਈ ਆ ਕਲੀਅਰ, ਬਾਈ ਕਲੀਅਰ ਵਾਲਾ, ਅਤੇ ਅਗਲਾ ਮੈਚ ਹੋ ਗਿਆ ਇਹਨਾਂ ਦਾ ਕੁਆਟਰ ਫਾਈਨਲ ਜਿਹੜੀ ਇਹਨਾਂ 'ਚ ਜਿੱਤ ਗਈ ਪੁੱਟੀ ਵਾਲੇ ਨਾਲ। ਤਲਵੰਡੀ ਵਾਲਾ ਪ੍ਰਤਾਪ ਖੇਡ ਰਿਹਾ ਪੁੱਟੀ ਵਾਲੇ ਦੀ ਟੀਮ 'ਚ, ਵਿੱਕੀ ਪੁੱਟਿਆਲ ਦੀ ਟੀਮ ਦਾ ਮੈਚ ਹੈ ਜੀ। ਕੁਆਟਰ ਜਿਹੜੀ ਉਹਨਾਂ 'ਚ ਜਿੱਤ ਗਈ ਉਹਦਾ ਸੈਮੀ ਲੱਗਣਾ ਰੋਸ਼ਾ ਤੀਰਥ ਦੀ ਟੀਮ ਦੇ ਨਾਲ, ਲੱਭੇ ਹੋਰਾਂ ਨਾਲ, ਜਾਦੂਗਰ ਨਾਲ। ਮਾਸੀ ਵਾਲਾ ਸਾਹਿਬ ਦਾ ਲੱਕ ਹੈ, ਜਿਲ੍ਹਾ ਲੁਧਿਆਣਾ ਖਿਡਾਰੀ ਹੈ, ਸੁੱਖ ਵਾਲਾ ਜਗਪਾਲ ਭੂੜੇ ਨੇ ਕਹਿੰਦੇ ਬਾਸ ਮਸ਼ੀਨ ਦੇ ਨਾਲ ਵੱਡੇ ਮਾਣ ਬਖਸ਼ੇ ਹੈ। ਇਹ ਹੈ ਕਹਿੰਦੇ ਸੁੱਖ ਪਨੀਟਿਆਲਾ ਟੌਪ ਦਾ ਖਿਡਾਰੀ ਸਾਡੀ ਖੇਡਦਾ। ਪਨੇਰੀ ਸ਼ਾਲੂ ਦੀ ਟੀਮ ਸੂਰਜ ਮਿਲੀ ਆ ਕੇ ਪ੍ਰਬੰਧ ਕਰਨ ਕਟਿਆਲੀ ਤੋਂ ਹਰ ਗਈ ਜੀ ਪਨੇਰੀ। ਲਓ ਬੜਾ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ, ਟੱਕਰ ਹੋ ਗਈ ਸੇਰਾਂ ਦੇ ਖੜ ਕੇ, ਦੇਖੇ ਕੁੱਲ ਜਵਾਨਾ ਹੋ ਤਾਂ ਕੋਈ ਉਹ ਜਿੱਤਣਗੇ ਜਿਨ੍ਹਾਂ ਨੇ ਗੌਲਿਆ ਪੱਟਾਂ ਵਿੱਚ ਜਾਣਾ। 14 ਹੋ ਗਏ ਮੁੰਡੇ ਜੋਗੀਆਂ। ਪਨੇਰੀ ਹਰ ਗਈ, ਕੁਲਦੀਪ ਨਹੀਂ ਆਇਆ ਜੀ, ਸਿੱਧੂ ਜੀ, ਸਿੱਧੂ ਸਿੱਧੂ ਜੀ ਪਨੇਰੀ, ਕੁਲਦੀਪ ਕੋਟਕਰੂ ਵਾਲਾ ਵੀਰ ਨਹੀਂ ਆਇਆ ਅੱਜ। ਹਰਜੀਤ ਭਿੰਦਰ ਜੀ ਸਾਹਮਣੇ ਕੈਮਰੇ ਦੀ ਟੀਮ ਹੈ ਜੀ, ਗੰਡੂਆਂ ਦੀ ਪਰਲੀ ਸਾਈਡ ਹੈ ਜੀ ਟੀਮ, ਘੱਟਿਆਂ ਵਾਲੀ ਦੀ। ਰੇਕੂ ਵਧਾਈਆਂ ਵਾਲਾ ਬਾਹਰੋਂ ਖੇਡ ਰਿਹਾ ਜੀ, ਉਹਨਾਂ 'ਚ ਸੈਂਟਰ ਸਾਈਡ 'ਤੇ ਆ ਗਿਆ, ਹੁਣ ਮੁੰਡਾ ਪੰਮੂ ਆ ਗਿਆ ਸੈਂਟਰ 'ਚ, ਓਏ ਖੁਸ਼ੀ ਬਾਲ ਆਊਟ ਮਾਰ ਗਿਆ। ਹੈਲੋ ਹੈਲੋ, ਨਾਲੇ ਗੋਪਾਲ ਗਿੱਲ ਭਰਾ ਸਾਡਾ, ਉਹ ਵੀ ਆਪਣਾ ਸਨਮਾਨ ਲਵੇ ਜੀ, ਅੱਗੇ ਇੱਧਰ ਮੇਨ ਸਟੇਜ ਵਾਲੇ ਪਾਸੇ ਪਾਸੇ ਭਰਾ ਸਾਡਾ ਦੇਖਾ ਸਿੱਖੋ, ਉਹ ਵੀ ਵੀਰ ਆਪਣਾ ਸਨਮਾਨ ਪ੍ਰਾਪਤ ਕਰੇ ਜੀ। ਰਮਨ ਦੇਗਲ ਜੀ, ਫਿਰੋਜ਼ਸ਼ਾਹ ਤੀਰਥ ਤੇ ਫਿਰੋਜ਼ਸ਼ਾਹ ਸੀ ਦੀ ਟੀਮ ਬਣੀ ਅੱਜ, ਫਿਰੋਜ਼ਸ਼ਾਹ ਬੀ ਨਵਨੀਤ ਕੀਵੇ ਪਿੰਡ ਦੇ ਰਹਿੰਦੇ ਕੰਮ ਕਰਵਾਵਾਂਗੇ, ਫਿਰ ਚੰਡੀਗੜ੍ਹ ਕੋਠੀ ਪਾਵਾਂਗੇ। ਹੋ ਕਹਿੰਦੇ ਸਰਪੰਚ ਦੀਆਂ ਚੋਣਾਂ ਵੀ ਆ ਜਾਣੀਆਂ, ਪਿੰਡਾਂ ਦੇ ਵਿੱਚ ਹਲਚਲ ਮਚੀ ਹੋਈ ਹੈ, ਸਰਪੰਚ ਸਾਹਿਬ ਵੀ ਪੁੱਜ ਗਏ ਹੈ। ਹੋ ਖੁਸ਼ਦੀਪ ਲੈ ਨਾਲੀ ਪਾਲੀ ਦੀ ਖੰਡਾ ਗੱਭਰੂ, ਹੋ ਪੰਜੇਟਿਆਲਾ ਬੱਲੇ 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 ਖੁਸ਼ੀ, ਪਾਲੀਆਂ ਤੇਜ ਮਾਰਨੀਆਂ ਪੈਣੀਆਂ, ਇੱਦਾਂ ਦੇ ਪਾਲੀ ਦੀ ਖਾਣੀ ਮੁੰਡਿਆਂ ਨੇ, ਮੱਲੇ ਬੱਲੇ ਹੋਈ ਪਈ ਆ ਉਹ ਬਾ ਬਾ ਨਵੀ ਜੋਗੀਆ ਪੜਦੇ ਕਦੀ ਬਾਲ, ਇਹ ਚਾਹ ਪੱਤੀ ਹੈ ਮਾਰੀ ਜਦੋਂ ਸਾਲ ਲਾ ਕੇ ਜੋਰ ਪੱਟਾ ਨਾਲ, ਅੱਖ ਦੀ ਝਮਕਣਾ ਕਮਾਲ ਜਿਹਾ ਹੋ ਗਿਆ, ਖਹਿਰਿਆਂ ਦਾ ਜੱਦੂ ਆਖੇ ਮੁੰਡਾ ਨੰਬਰ ਲੈ ਕੇ ਹੋ ਗਿਆ, ਦੋ ਨੰਬਰਾਂ ਦੀ ਖੇਡ ਬਾਕੀ ਹੈ, ਪਰ ਬਾ ਲੈਣਾ ਬਾ ਲੈਣਾ ਪਤਾ ਹਲੇ ਵੀ ਕੋਈ ਨੀ। ਸਿੱਧੂ ਵੀਰੇ ਸਮਝ ਲੱਗੀ ਕੀ ਕਹਿਣਾ ਚਾਹੁੰਦੇ ਆ, ਪੰਜ ਪ੍ਰੋ ਦੀ ਟੀਮ ਹੈ। ਹੈਲੋ ਬਾਈ ਵਿੱਕੀ ਸਿੱਖੋ ਤੇ ਗੋਪਾ ਗਿਆ ਆਪਦਾ ਸਨਮਾਨ ਲਓ ਮੇਰਾ ਬਾਈ, ਉਧਰ ਬਾਹ ਸਮਾਨ ਵੀ ਬੜੇ ਜ਼ਰੂਰੀ ਹੈ। ਹਰੇਂਦਰ ਮੈਨੂੰ ਲੱਗਦਾ ਜੀ ਸਫਲਤਾ ਫੇਰ ਰੰਡਵਾਂ ਦੇ ਖਾਤੇ ਜੁੜ ਗਈ ਹੈ, ਮੇਰੀ ਸੋਮਦਤ ਦੇਖ ਲੈ, ਹੋ ਮੁੰਡਿਆਂ ਨੇ ਕਹਿੰਦੇ ਲੁੱਪ ਲਵਾਤੀ ਹੈ, ਮੈਂ ਜਾ ਕਰ ਦੂ ਮੈਂ ਵਾਹ ਕਰ ਦੂ, ਆਪਣੀ ਤਕਲੇ ਨੂੰ ਬਲ ਪੈ ਗਿਆ, ਮੈਂ ਤੋ ਤੰਦਰਾਂ ਲਵੇਟਿਆ ਜਾਵੇ ਜੀ ਜੀ।
ਬਾਈ ਗਊ ਸ਼ਰਮਾ ਬਾਬਾ ਚੰਨਿਆ ਬਾਬਾ ਮਾੜਾ ਸਟੇਜ ਤੇ ਆਵੇ ਸਨਮਾਨ ਆਪਦਾ ਸਰਪੰਚ ਸਾਹਿਬ ਆ ਜਾਓ ਦੇਖੋ ਜੀ ਮੈਚ ਫਾਈਨਲ ਵਰਗਾ ਰਾਜਵਿੰਦਰ ਸਿੰਘ ਜੀ ਸਰਪੰਚ ਸਾਹਿਬ ਸਾਡੇ ਵੱਡੇ ਮਾਣ ਵੱਡੇ ਪਿਆਰ ਦੇ ਗਏ ਹੈ ਨੰਬਰ ਲਾਸਟ ਹੈ ਜਿੱਤਾਂ ਹਾਰਾਂ ਦੇ ਫੈਸਲੇ ਹੋ ਜਾਣਗੇ ਦਿਲਾਂ ਦੀਆਂ ਧੜਕਣਾਂ ਤੇਜ ਹੈ ਕਿਆ ਪਤੀ ਫਿਰ ਗਲਤੀ ਕਰ ਗਿਆ ਜਸਵਿੰਦਰ ਢਿੱਲੋ ਮੇਰਾ ਭਾਈ ਸਟੇਜ ਕੋਲ ਆਵੇ ਨੱਕ ਪਾਈ ਤੇ ਆਉਂਦਾ ਮੁੰਡਾ ਕਮਾਲ ਕਰ ਦਿੱਤੀ ਹੈ ਬੰਦਿਆਂ ਨੇ ਉਧਰ ਬਲਵਿੰਦਰ ਢਿੱਲੋਂ ਰਹਿੰਦਾ ਕਨੇਡਾ ਯਾਰਾਂ ਦਾ ਯਾਰ ਹੈ ਤੇ ਨਾਲ ਸਾਡਾ ਗੈਰੀ ਬਾਈ ਹੈ ਆਸਟ੍ਰੇਲੀਆ ਵਾਲਾ ਤੇ ਨਾਲ ਕਹਿੰਦੇ ਬਾਬਾ ਆਸਟ੍ਰੇਲੀਆ ਯਾਰਾਂ ਦੇ ਯਾਰ ਹਜੋ ਵੀ ਕਹਿੰਦੇ ਮੈਚਾਂ ਦਾ ਆਨੰਦ ਮਾਣ ਰਹੇ ਹੈ ਅਸੀਂ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ ਤੇ ਹੋਰ ਦੱਸ ਜ਼ਿੰਦਗੀ ਚ ਪਲਾਂ ਕੀ ਖੱਟਿਆ ਅਸੀਂ ਯਾਰਾਂ ਦੀਆਂ ਜਿੰਦਰ ਸਿੰਘ ਢਿੱਲੋਂ ਬਾਬਾ ਹਰ ਭਗਵਾਨ ਜੀ ਸਾਡੇ ਬੱਕੀ ਵਾਲਾ ਗਊਸ਼ਾਲਾ ਦੀ ਜਿਹੜੀ ਸੇਵਾ ਕਰਦੇ ਹੈ ਵੱਗੀ ਚਲਾਉਂਦੇ ਹੋਏ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜ ਗਏ ਹੈ ਉਹਨਾਂ ਦਾ ਮਾਣ ਸਨਮਾਨ ਸਾਡੀ ਪ੍ਰਬੰਧ ਕਮੇਟੀ ਦੇ ਵੱਲੋਂ ਕੀਤਾ ਜਾਣਾ ਹੈ ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ ਦਾ ਲੱਗਦਾ ਭਨੇਰੀ ਹਰਗੀ ਜੀ ਘੱਟੇ ਵਾਲੀ ਤੋਂ ਰਿੰਕੂ ਆਇਆ ਜੀ ਕਰਨ ਸ਼ਹਿਰ ਬਾਈ ਸੂਰਜ ਕੁਛ ਵੀ ਹੋ ਸਕਦਾ ਹੈ ਸਿੱਧੂ ਬਾਈ ਸਿੱਧੂ ਵੀਰੇ ਤੁਸੀਂ ਕੀ ਕਿਹਾ ਸੀ ਸਮਝ ਨਹੀਂ ਲੱਗੀ ਬਹੁਤ ਬਹੁਤ ਧੰਨਵਾਦ ਅਗਲੇ ਪਾਸੇ ਆਪਾਂ ਜੁੜੀਏ ਗਰਾਊਂਡਾਂ ਦੇ ਨਾਲ ਮੈਚ ਕਹਿੰਦੇ ਦੋ ਨੰਬਰ ਗਰਾਊਂਡ ਚ ਵੀ ਤਕੜਾ ਹੈ ਨੱਪਣੀ ਪੈਣੀ ਹੈ ਫੇਰ ਗੱਲ ਟਿਕਾਣੇ ਲੱਗਣੀ ਹੈ ਇਹ ਤਾਂ ਨੀ ਮੁੰਡਿਆਂ ਨੇ ਨਿਆਂ ਦੇਣਾ ਇਹ ਤੇ ਕੁੱਟ ਕਰਾਪਾ ਬਾਹਲਾ ਕਰਨਾ ਪੈਣਾ ਮਜੇਟੇ ਵਾਲਾ ਤੇ ਡੁੱਬਣਾ ਬਾਹਲੀ ਤਕੜੀ ਫਿਰ ਖੇਡਦਾ ਸੁੱਖ ਮਜੇਟੇ ਵਾਲਾ ਦੁਨੀਆਂ ਛੋਟਾ ਸੋਨੀ ਕਹਿੰਦੀ ਹੈ ਬੱਲੇ ਬੱਲੇ ਹੋਈ ਪਈ ਹੈ ਇਧਰ ਦੇਖਦੇ ਕਹਿੰਦੇ ਕਹਿੰਦੇ ਚੂਚੀ ਹੈ ਹਾਂ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹ ਵੀ ਕਹਿੰਦੇ ਹੁਣ ਤੇ ਚੂਚੀ ਤੋਂ ਮੁਰਦਾ ਬਣ ਗਿਆ ਵੱਡਾ ਵੱਡਾ ਮੈਚ ਦੁਨੀਆਂ ਜੁੜੀ ਹੋਈ ਹੈ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਕਿਤੇ ਟੱਕਰ ਸਿਰੇ ਦੀ ਖੇਡੀ ਜਾ ਰਹੀ ਹੈ ਦੋਨੋਂ ਟੀਮਾਂ ਚੰਦਨ ਵਾਲਾ ਜੱਟ ਮੇਰੇ ਨਜ਼ਰ ਨਹੀਂ ਪੈਂਦਾ ਨਹੀਂ ਤੇ ਲਾਂ ਕੱਟੇ ਕਰਦੇ ਨੇ ਚੰਦਨ ਵਾਲੇ ਨੇ ਹੈਲੋ ਹੈਲੋ ਰਾਜਨਾ ਸਰਪੰਚ ਨੂੰ ਬੇਨਤੀ ਆ ਭਾਈ ਸਟੇਜ ਤੇ ਆਵੇ ਚੁੱਕਿਆ ਦੀ ਟੀਮ ਨਹੀਂ ਆਈ ਗੁਰਜੀਤ ਵੀਰੇ ਰਾਜਨਾ ਸਰਪੰਚ ਨੂੰ ਬੇਨਤੀ ਸ਼ਰਮਾ ਸੁੱਖ ਪਜੇਟੇ ਦੇ ਵੀ ਆ ਗਿਆ ਇਹਨੇ ਧਰਤੀ ਚੋ ਬਾਲ ਪੱਟਤੀ ਹੈ ਐਵੇਂ ਨੀ ਦੂਜਾ ਸੁਣੀ ਕਹਿੰਦੀ ਦੁਨੀਆਂ ਕਮਲ ਉਸਤਾਦ ਦਾ ਪਿੰਡ ਹੈ ਪਜੇਟਾ ਹਉ ਬੱਲੇ ਬੱਲੇ ਸੋਈ ਪਈ ਹੈ ਕਿਆ ਬਾਤ ਹੈ ਭਾਊ 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 ਯਾ ਬਾਲ ਮਾਰੂ ਯਾ ਖਾਓ ਦੋ ਸੌ ਪਜੇਟੇ
ਸਭਾ ਸਾਡੇ 200 ਦਾ ਮਾਣ ਕਰ ਗਏ ਹੈ। ਸੋਹਣਾ ਮੈਚ ਹੈ। ਸਰਬੇ ਕਹਿੰਦੇ ਫਿਰ ਮੁੰਡੇ ਨੇ ਅਗਲੀ ਕਰਤੀ ਹੈ। ਲਓ ਸਾਹਮਣੇ ਸਰਬ ਸਰਬ ਦੇ ਖਿਡਾਰੀ ਜਿਹੜੇ ਤਿਆਰ ਪਰ ਤਿਆਰ ਨੇ, ਇੱਕ ਇੱਕ ਕਰਕੇ ਮੁੰਡੇ ਕਹਿੰਦੇ ਨੇੜੇ ਤੇੜੇ ਹੁੰਦੇ ਜਾਂਦੇ ਨੇ, ਇੱਕ ਇੱਕ ਕਰਕੇ ਗੁੱਡੀ ਵੀ ਕੀ ਤੋਂ ਕੀ ਬਣ ਗਿਆ, ਮੈਨੂੰ ਗੱਲ ਦੀ ਸਮਝ ਨਾ ਆਵੇ, ਟੱਕਲੇ ਨੂੰ ਬਲ ਪੈ ਗਿਆ, ਮੈਂ ਤੋਂ ਤੰਦ ਨਸਲ ਵੇਚਿਆ ਜਾਵੇ, ਕੀ ਤੋਂ ਕੀ ਬਣ ਗਿਆ, ਮੈਨੂੰ ਗੱਲ ਦੀ ਸਮਝ ਨਾ ਆਵੇ। ਸਾਹਮਣ ਵਾਲੀਆ ਜਗਦੀਪ ਭਾਈ ਵੀ ਬੈਠਾ ਹੈ, ਸੁੱਖਾ ਵੀ ਲੈ ਸਕਦਾ, ਸਾਰੇ ਮਾਪ ਵਰਗੇ ਭਰਾ ਸਾਡੇ ਗਹਿਰੀ ਵਰਗੇ ਮੈਗਿਆਂ ਦਾ ਨੰਦ ਮਾਣਦੇ ਹੈ। ਵੱਡਾ ਧੰਨਵਾਦ ਆਪਾਂ ਕਰਾਂਗੇ ਮੰਮੂ ਘੱਟਿਆਂ ਦੀ ਦਾ ਫਿਰ ਵੀ ਸਰਵੇ ਕਰਕੇ ਹੈ। ਇੱਧਰ ਵੀ ਕਹਿੰਦੇ ਉਹ ਆ ਕੇ ਆਪਣਾ ਮਾਣ ਮਾਨ ਸਨਮਾਨ ਜਿਹੜਾ ਜ਼ਰੂਰ ਪ੍ਰਾਪਤ ਕਰ ਲਵੇ। ਇਹ ਮੇਰੀ ਬੇਨਤੀ ਹੈ। ਮੈਚ ਬੜੇ ਕਦੇ ਸੋਹਣੇ ਖੇਡੇ ਜਾ ਰਹੇ ਹੈ। ਖੇਡ ਦੇ ਗਰਾਊਂਡ ਦੇ ਉੱਤੇ ਇਧਰਲੇ ਪਾਸੇ ਵੀ ਨੰਬਰ ਜਿਹੜਾ ਜਿਹੜਾ ਲਾਸਟ ਬਾਕੀ ਹੈ ਤੇ ਉੱਧਰਲੇ ਪਾਸੇ ਵੀ ਨੰਬਰ ਗੰਡੂਆਂ ਦੀ ਟੀਮ ਦਾ ਵੀ ਕਹਿੰਦੇ ਲਾਸਟ ਹੈ ਮੇਰੇ ਮਿੱਤਰੋ। ਅਜਮੇਰ ਜੁੰਮਾ ਵੀ ਤੱਕਦਾ ਹੋਣਾ, ਅਜਮੇਰ ਜੁੰਮੇ ਦੇ ਮੰਦਰ ਬੜੇ ਪ੍ਰਸਿੱਧ ਹੋਏ ਹੈ। ਰੀਲਾਂ ਕਹਿੰਦੇ ਬੜੀਆਂ ਚੱਲਦੀਆਂ ਜੁੰਮੇ ਦੀਆਂ, ਜੁੰਮੇ ਦੇ ਪੱਧਰ ਖੇਡ ਰਹੇ ਹੈ, ਇੱਕ ਨੰਬਰ ਦੀ ਖੇਡ ਬਾਕੀ ਖੇਡ ਮੈਦਾਨ ਦੇ ਵਿੱਚ। ਹੋ ਬੱਲੇ ਬੱਲੇ ਪੰਮੂ ਹੈ, ਏਡੀ ਸੇਧੀ ਹਾਰ ਨਹੀਂ ਪਾਉਂਦੇ। ਸਰਬੇ ਫੇਰ ਚੇਂਜ ਹੈ, ਲਓ ਪੰਮੂ ਤਿਆਰ ਹੈ। ਲਓ ਸਾਹਮਣੇ ਚੜ੍ਹਾਈਆਂ ਰਹਿੰਦੀਆਂ, ਲਓ ਸਾਹਮਣੇ ਬੱਲੇ 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 ਖੁਸ਼ੀ ਕਹਿੰਦੇ ਇਕੱਠਿਆਂ ਦੀ ਧਰਤੀ ਦਾ, ਇਧਰਲੇ ਪਾਸੇ ਵਧਾਈਆਂ ਦਾ, ਬੱਲੇ 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 ਹੋਈ ਪਈ ਹੈ ਤੇ ਗੱਲ ਕਹਿੰਦੇ ਕੱਲੀ ਕੱਲੀ ਗੀਤਾਂ ਚ ਰੋਈ ਪਈ ਹੈ, ਗੱਲ ਕੱਲੀ ਕੱਲੀ ਗੀਤਾਂ ਚ ਰੋਈ ਪਈ ਹੈ। ਮੈਚ ਬਾਹ ਤਕੜਾ ਖੇਡਿਆ ਜਾ ਰਿਹਾ ਹੈ, ਇੱਕ ਪਾਸੇ ਨੰਬਰ 16 ਹੈ, ਦੂਜੇ ਪਾਸੇ ਮਾਨ ਤੇ ਸਨਮਾਨ ਦਾ ਜ਼ਰੂਰ ਪ੍ਰਾਪਤ ਕਰਨ ਦੀ ਲੜੀ ਸਾਡੇ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਜਿਹੜੇ ਬਾਬਾ ਜੀ ਸਾਡੇ ਉਹ ਆ ਕੇ ਆਪਣਾ ਮਾਨ ਤੇ ਸਨਮਾਨ ਜਿਹੜਾ ਜ਼ਰੂਰ ਪ੍ਰਾਪਤ ਕਰ ਲੋ ਜੀ। ਲੈ ਉਹ ਤੇ ਟੂਰਨਾਮੈਂਟ ਵਾਲੇ ਲੋਕ ਗੁੱਡੀ ਲਾਉਂਦੇ ਹੈ, ਲੋਕਾਂ ਦਾ ਪਿਆਰ ਹੈ, ਜਿੱਤਣਾ ਕੀਰੇ ਸੱਕ ਤੇ ਰਹਿਣੀ ਹੈ, ਮੇਲਾ ਲੰਮਣ ਵਾਲੇ ਚੱਲਦਾ ਹੈ, ਧੱਕ ਤੇ ਪੈਣੀ ਹੈ, ਧੱਕ ਕਹਿੰਦੇ ਪਈ ਹੋਈ ਹੈ ਖੇਡ ਮੈਦਾਨ ਦੇ ਵਿੱਚ, ਨੰਬਰ ਇੱਕ ਵਾਕਈ ਦੇ ਵਿੱਚ ਵੱਜੀ ਜਾਂਦੇ ਹੈ। ਮਾਣਾ ਗੈਲ ਤੇ ਪ੍ਰੀਤ ਲੋ ਲਾਈਵ ਵਧੀਆ ਲੱਗ ਰਿਹਾ ਤਾਂ ਲਾਈਵ ਸ਼ੇਅਰ ਜ਼ਰੂਰ ਕਰਿਓ, ਨਾਲ ਦੀ ਨਾਲ ਪੇਜ ਨੂੰ ਨਵੇਂ ਵੀਰ ਜਿੰਨੇ ਆ ਰਹੇ ਆ ਫੋਲੋ ਜ਼ਰੂਰ ਕਰ ਲਿਓ। ਤੇ ਆਪਣਾ ਲਾਈਵ ਜਿਹੜਾ ਯੂਟਿਊਬ ਤੇ ਵੀ ਚੱਲ ਰਿਹਾ ਇਸ ਵਕਤ, ਸੇਮ ਨਾਮ ਤੇ ਹੀ ਹੈ ਚੈਨਲ ਵੀ, ਸਰਪੰਚ ਟੂਡੇ ਸਪੋਰਟਸ ਤੇ, ਆਦਮਪੁਰੇ ਦਾ ਸੈਮੀ ਖੇਡਿਆ ਜਾਣਾ ਮਾਨਾ ਦੇ ਨਾਲ, 5 ਮਿੰਟਾਂ ਦੀ ਰਿਸ਼ਤ ਹੈ। ਸਿੱਧੂ ਨਹੀਂ ਆਇਆ ਜੀ, ਸਿੱਧੂ ਨਹੀਂ ਆਇਆ। ਆਦਮਪੁਰੇ ਵਾਲੇ ਮੁੰਡੇ 5 ਮਿੰਟਾਂ ਦੀ ਰਿਸ਼ਤ ਹੈ, ਚਾਹ ਪਾਣੀ ਪੀਣ ਤੋਂ ਬਾਅਦ ਮਾਨਾ ਦੇ ਨਾਲ ਸੈਮੀ ਖੇਡਣਗੇ। ਨਵੀਂ ਮਾਨਾ ਢਿੱਲੋਂ ਤੇ ਮਾਣਾ ਗਿੱਲ ਤੇ ਪ੍ਰੀਤ ਢਿੱਲੋਂ, ਉਹ ਸਟੇਜ ਵਾਲੇ ਪਾਸੇ ਆ ਜਾਣ ਜੀ। ਬੇਨਤੀ ਹੈ ਸਾਡੀ, ਮਾਣਾ ਗਿੱਲ ਲਾਉਣੀ ਵੱਜੀ, ਤਾੜੀ ਤੇ ਵੱਜੀ ਹੈ, ਫਰਕ ਹੈ, ਫਰਕ ਹੁੰਦਾ ਸੂਟ ਤੇ ਸਾੜੀ ਵਿੱਚ। ਹਾਂ ਸਾਹਮਣੇ ਖੇਡ ਮੈਦਾਨ ਦੇ ਵਿੱਚ ਸਰਬੇ ਫਿਰ ਕਹਿੰਦੇ ਪੰਮੂ ਨੇ ਕਰ ਦਿੱਤੀ ਹੈ। ਗੋਪਾਲ ਮੱਲੇ ਵਾਲਾ ਵੀ ਆਇਆ, ਮੱਲਾ ਪਿੰਡ ਹੈ ਕਹਿੰਦੇ, ਮੱਲਾ ਟੱਲਾ ਤੇ ਰਸੂਲਪੁਰ ਜੀ, ਇਹੋ ਜਿਹਾ ਨਾ ਹੋਣਾ ਕਦੇ ਨਗਰਾਂ ਦਾ ਸਰ ਜੀ।
ਬਹੁਤ ਸੋਹਣਾ ਮੈਚ ਨੰਬਰ ਇੱਕ ਬਾਕੀ ਹੈ। ਇਹ ਗੱਲ ਵਾਲਾ ਚਾਹ ਪੱਤੀ ਹੈ ਜਿਹੜਾ ਨਿੱਟਦੇ ਨੂੰ ਚਾਹ ਪੱਤੀ ਕਹਿੰਦੇ ਹੈ। ਇਹ ਜਿਤਾ ਵੀ ਸਕਦਾ ਹੈ, ਇਹ ਹਰਾ ਵੀ ਸਕਦਾ ਹੈ। ਮੈਨੂੰ ਸੁਖ ਨਹੀਂ ਲੱਗਦੀ ਜਿਹੜੇ ਹਿਸਾਬ ਨਾਲ ਕੱਟਿਆਂ ਵਾਲੇ ਜਿਹੜੇ ਹੋਗੇ ਉਹ ਸੁਖ ਨਹੀਂ ਲੱਗਦੀ। ਰਾਜਦੀਪ ਮੈਚ ਵੀ ਕਹਿੰਦੇ ਫਾਈਨਲ ਵਰਗਾ, ਉਹ ਮੈਚ ਵੀ ਫਾਈਨਲ ਵਰਗਾ। ਬੱਲੇ ਬੱਲੇ ਛੋਟੇ ਜੋਗੀ ਵੀ ਆਏ ਹੈ, ਵੱਡੇ ਨਾਥ ਵੀ ਆਏ ਹੈ, ਉਸਤਾਦਾਂ ਦੇ ਉਸਤਾਦ ਵੀ ਆਏ ਹੋਏ ਹੈ। ਉਹ ਖੁਸ਼ਦੀ ਬੱਲੇ 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 ਕਿਆ ਬਾਤ ਹੈ। ਕਿਉਂਕਿ ਜੱਟਾ ਸਰੇਆਮ ਧੱਕਾ ਕਰਦਾ, ਸਾਡਾ ਚੱਲਦਾ ਇਹ ਧੱਕਾ ਸੀ ਤਾਂ ਕਰਦੇ। ਇਧਰਲੇ ਪਾਸੇ ਬਘੇਲੇ ਵਾਲੇ ਪਿੰਡ ਕੋਈ ਭਰਾ ਸਾਡੇ ਕਿਤੇ ਵਿਸ਼ੇਸ਼ ਤੌਰ ਤੇ ਪੁੱਜੇ ਹੈ, ਮੈਂ ਵੱਡਾ ਧੰਨਵਾਦ ਕਰਦਾ ਵੀਰਾਂ ਦਾ। ਲਓ ਸਾਹਮਣੇ ਮੈਚ ਬੜਾ ਕਿਤੇ ਚੋਟੀ ਦਾ ਖੇਡ ਮੈਚ ਤੇ ਬਾਲਾ ਤਕੜਾ, ਮੈਚ ਤੇ ਬਾਲਾ ਤਕੜਾ ਵੈਸਾ ਰਾਜਾ ਚੱਲਦਾ ਮੈਚ। ਕੱਟਿਆਲੀ ਮੁੰਡੇ ਜਿੱਤ ਗਏ ਤੇ ਖੁਸ਼ੀ ਦਾ ਸਨਮਾਨ ਆਪਾਂ ਚਾਂਦੀ ਦੀ ਚੈਨ ਨਾਲ ਕਰ ਦੇਵਾਂਗੇ। ਲਓ ਸਾਹਮਣੇ ਚਾਂਦੀ ਦੇ ਕੜੇ ਨਾਲ ਕਰ ਦਾਂਗੇ। ਸਾਰੀ ਗੱਲ ਹੀ ਆ ਨੰਬਰ ਤੇ ਖੜੀ ਹੈ ਸਵਾਦ। ਇਹ ਤੋਂ ਬਾਅਦ ਅੱਧਾ ਘੰਟਾ ਮੈਚ ਤੁਹਾਡੇ ਕੋਲ ਟੀਮਾਂ ਰੈਸਟ ਕਰਨਗੀਆਂ ਕਿਉਂਕਿ ਲੋਕਾਂ ਦਾ ਇੰਟਰਸਟ ਬਣਿਆ ਹੈ। ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ, ਇੱਕ ਨੰਬਰ ਦੀ ਖੇਡ ਬਾਕੀ ਹੈ ਮੋਗੇ ਵਾਲਿਓ। ਗੱਲਾਂ ਲੱਗੀਆਂ ਪਈਆਂ ਨੇ ਟਿਕਾਣੇ ਲੈ ਵੀ ਗੰਢ ਵਾਲੋ, ਮੱਥੇ ਕੌਣ ਲੱਗਿਆ ਤੁਹਾਡੇ? ਐਂ ਦੱਸੋ ਜਦੋਂ ਆਏ ਆ ਇੱਕ ਨੰਬਰ ਹੀ ਨਹੀਂ ਬਾਬਾ ਜੀ ਨੇ ਕੱਲ ਸੀ ਬਾਜੀ ਕੇ 11 ਤੇ 16 ਨੰਬਰ ਹੈ। ਸੋਹਣਾ ਮੈਚ ਹੈ। ਲੈ ਵੀ ਇਧਰਲੇ ਪਾਸੇ ਮਨਜੀਤ ਪੰਦੂ ਭਰਾ ਸਕਦਾ ਕਹਿੰਦਾ ਜੇ ਚੱਲਦਾ ਸਾਰੇ ਆਏ ਹੋਏ ਮਹਿਮਾਨਾਂ ਨੂੰ ਆਪਾਂ ਜੀ ਆਏ ਆਖਾਂਗੇ। ਟੋਪੀ ਸਾਹਮਣੇ ਮਿੰਟ ਲਾਈ ਦਾ ਚੱਕਰ ਘੁਮਾਉਣ ਨੂੰ, ਯਾ ਫੇਰਿਆ ਤਿਆਰ ਖੁੱਦੀ ਪਾਉਣ ਨੂੰ, ਆਹ ਮੁੰਡਾ ਫੇਰਿਆ ਤਿਆਰ ਟੋਪੀ ਪਾਉਣ ਨੂੰ। ਨੱਥੂ ਵਾਲੀਆ ਕਹਿੰਦੇ ਪ੍ਰਧਾਨ ਪਾਣੀ ਦੀ ਸੇਵਾ ਕਰਦਾ, ਵੱਡਾ ਧੰਨਵਾਦ ਹੈ ਸਾਰੇ ਸਤਿਕਾਰ ਜਗਵੀਰਾਂ ਦਾ। ਨੰਬਰ ਕਹਿੰਦੇ ਇੱਕ ਦੀ ਖੇਡ ਬਾਕੀ ਹੈ, ਸਾਹਮਣੇ ਨੰਬਰ ਇੱਕ ਬਾਕੀ ਹੈ ਖੇਡ ਗਰਾਊਂਡ ਦੇ ਅੰਦਰ। ਉਧਰਲੇ ਪਾਸੇ ਸੰਦੀਪ ਜੀ ਕਹਿੰਦੇ ਸਾਈਕਲ ਦੀਆਂ ਪਰਚੀਆਂ ਵੀ ਬਾਲ ਡੀ ਕੋ ਜ਼ਰੂਰੀ ਹੈ, ਨਹੀਂ ਪੰਜਾਬੀ ਨੂੰ ਆਪ ਹੁੰਦੀ ਹੈ ਕਾਲੀ ਚੱਪਣ ਦੀ, ਚੱਪ ਕੇ ਬੱਕਰੀ ਬਣਾ ਦਿੰਦੇ ਹੈ। ਜ਼ਰੂਰ ਨੋਟ ਰੱਖੋ ਵੀ ਮੋਬਾਇਲ ਵਾਲੀ ਪਰਚੀ ਨਹੀਂ ਚੱਲਣੀ। ਚਾਵੀ ਨੰਬਰ 12 ਹੋ ਗਿਆ ਉਧਰ ਖੜੀ 12 ਹੋ ਗਏ ਮੈਨੂੰ ਲੱਗਦਾ 12 ਨਹੀਂ ਚੇਂਜ ਚੇਂਜ 11 ਹੀ ਹੈ ਜੀ 11-16 ਗੇਮ। ਕਿੰਦਾ ਖੇਡਿਆ ਸੀਗਾ ਜੀ ਧੂੜਕੋਟ ਚ ਖੇਡਿਆ ਸੀ ਕਿੰਦਾ ਇਹ ਕਮਾਲ ਕਰ ਦਿੱਤੀਆਂ ਮੁੰਡੇ ਨੇ। ਹਣੀ 12 ਹੋ ਗਏ, ਬਹਿ ਜਾ 12 ਹੋ ਗਏ ਹੈ।
ਬਾਰਾਂ ਤੇ ਸੋਲਾਂ ਚਾਰ ਨੰਬਰਾਂ ਦੀ ਖੇਡ ਬਾਕੀ ਚਾਰ ਨੰਬਰਾਂ ਦੀ ਖੇਡ ਬਾਕੀ ਹੈ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨੇ ਜਿਹੜੇ ਬਾਜੇ ਬਾਜੇ ਲੱਗਣਗੇ ਸਿਰੇ ਦਾ ਮੈਚ ਮੇਰੇ ਮਿੱਤਰੋ ਜਿਹੜਾ ਖੇਡਿਆ ਜਾ ਰਿਹਾ ਨੰਬਰ ਲਾਸਟ ਜਿਹੜਾ ਕਦੇ ਬਹੁਤ ਬਿੱਲਾ ਤੇ ਤੰਦੂਰ ਤੇ ਡਿੱਗਿਆ ਪਿਆ ਉਹ ਬਿੱਲਾ ਤੇ ਤੰਦੂਰ ਤੇ ਡਿੱਗਿਆ ਪਿਆ ਗੰਢ ਵਾਲੇ ਕੱਢ ਸਕਦੇ ਆ ਬਿੱਲਾ ਉਹ ਬਿੱਲਾ ਕੱਢ ਸਕਦੇ ਹੈ ਮੁੰਡੇ ਜੋਗੀਆਂ ਦੇ ਹੈ ਇੱਕ ਘਰ ਦੀ ਟੀਮ ਹੈ ਹਾਂ ਇੱਕ ਘਰ ਦੀ ਕਹਿੰਦੇ ਟੀਮ ਮੁੰਡੇ ਹੈ ਲੈ ਵੀ ਮੈਂ ਦਾ ਦਿਲੋਂ ਸਵਾਦ ਆਉਂਦਾ ਇੱਕ ਤਾੜੀ ਜ਼ੋਰਦਾਰ ਮਾਰੋ ਯਾਰ ਮੁੰਡਿਆਂ ਦੇ ਲਈ ਬਈ ਮਾਨਾ ਤੇ ਆਲਮਪੁਰ ਆਓ ਜੀ ਪਹਿਲੇ ਸੇਮੀ ਦੀਆਂ ਟੀਮਾਂ ਮਾਨਾ ਆ ਗਈ ਆਲਮਪੁਰ ਵਾਲੇ ਮੁੰਡੇ ਆਓ ਜੀ ਜਗਨੂ ਬਾਬਾ ਜੀ ਰੈਫਰੀ ਹੋਣਗੇ ਮਾਨਾ ਤੇ ਆਲਮਪੁਰ ਦੀਆਂ ਟੀਮਾਂ ਆਓ ਜੀ ਹੁਣ ਖਰਾਬ ਹੋ ਗਈ ਉਹ ਨੀ ਗੱਡੀ ਚ ਜਾਂਦਾ ਹੁਣ ਤੇ ਤੋੜ ਕੇ ਲੈ ਕੇ ਜਾਣਗੇ ਜਿਹਨੇ ਹੁਣ ਗਲਤੀ ਕਰਤੀ ਮੈਚ ਬਾਲਾ ਤਕੜਾ ਚਾਹ ਪੱਤੀ ਇੱਕ ਫੜੀ ਨੀ ਹਲੇ ਇੱਕ ਹੀ ਫੜਦੇ ਇੱਕ ਨੰਬਰੀ ਕਹਿੰਦੇ ਲੱਖਾਂ ਰੁਪਇਆ ਹੋ ਜਾਣਾ ਕਿ ਮੈਂ ਨੀ ਕਹਿੰਦਾ ਇਹ ਤੇ ਜਿਹੜੀ ਡੇਰੇ ਤੇ ਸੰਗਤ ਬੈਠੀ ਉਹ ਕਹਿ ਰਹੀ ਹੈ ਤਰਪਿੰਦਰ ਸਿੱਧੂ ਜੀ ਕੁਛ ਵੀ ਹੋ ਸਕਦਾ ਹਾਂਜੀ ਅਸੀਂ ਇੱਧਰ ਸਾਈਕਲ ਦੀਆਂ ਪਰਚੀਆਂ ਆਉਣ ਕੱਢਣ ਲੱਗੇ ਅੱਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਨੇੜੇ ਨੇੜੇ ਆਉਂਦਾ ਦੂਰ ਦੂਰ ਘੇਰਾ ਬਣਾ ਕੇ ਖੜੇ ਹੋ ਸ਼ੇਖਪੁਰਾਂ ਦੀ ਫੌਜੀ ਪ੍ਰਧਾਨ ਸਾਹਿਬ ਨਗਰ ਨਿਗਮ ਮੋਗਾ ਅਚੇਚੇ ਤੌਰ ਤੇ ਪੁੱਜੇ ਹੋਏ ਹੈ ਬੜਾ ਧੰਨਵਾਦ ਨੰਬਰ ਫਿਰ ਲਾਸਟ ਆ ਗਿਆ ਹੋ ਨੰਬਰ ਕਹਿੰਦੇ ਫਿਰ ਲਾਸਟ ਆ ਗਿਆ ਹੋ ਤਿੰਨ ਇੱਕ ਦਾ ਯਾਦਾ ਲਾ ਕੇ ਨੀ ਖੇਡੀ ਜਾਂਦੀ ਇਹ ਅੱਜ ਦੇ ਥੰਮਣ ਵਾਲੇ ਦੇ ਵਿੱਚ ਹੋ ਖੈਰ ਹੋਇਆ ਪਿਆ ਆ ਕੁਝ ਭਾਲਦੇ ਸੀ ਥੰਮਣ ਵਾਲੀਏ ਵੀ ਨਾਗਨ ਨੱਚੂ ਤੇ ਨੱਚੂ ਕਿਉਂ ਇੱਕ ਨੰਬਰ ਬੱਲੇ ਬੱਲੇ ਹੋਈ ਪਈ ਹੈ ਹੋ ਲੋਕ ਸੁੱਖਾ ਸੁੱਖੀ ਜਾਂਦੇ ਹੈ ਹੱਥਾਂ ਦੇ ਬਾਬੇ ਦੇ ਪਰਮਾਸੇ ਸੁਖੜੇ ਹੋਣੇ ਹੈ ਹੱਥੇ ਕੀ ਦੂਰ ਹੋਇਓ ਦੂਰ ਦੂਰ ਹੋਇਓ ਤੇਰਾ ਹੋ ਬੱਲੇ ਇੱਟਿਆਲਾ ਗਲਤੀਆਂ ਕਈ ਕਰਤੀਆਂ ਸੁਣਿਆ ਗਲਤੀਆਂ ਕਈ ਕਰਤੀਆਂ ਗੁਰਦੁਆਰੇ ਵਾਲੇ ਬਾਬਾ ਜੀ ਆ ਗਏ ਆਪੇ ਪਰਚੀ ਚੱਕ ਲੈਣਗੇ ਦੂਰ ਦੂਰ ਹੋ ਜਾਓ ਸਾਰਿਆਂ ਨੂੰ ਬੇਨਤੀ ਹੈ ਕਿ ਖਾੜਾ ਖੁੱਲਾ ਕਰ ਦਿਓ ਦੂਰ ਹੋ ਜਾਓ ਦੂਰ ਹੋ ਜਾਓ ਲਾਈਵ ਚੱਲ ਰਿਹਾ ਗੁਰਦੁਆਰੇ ਵਾਲੇ ਬਾਬਾ ਜੀ ਆ ਗਏ ਆ ਪਰਚੀ ਚੱਕ ਦੇਣਗੇ ਸ੍ਰੀਅਕਾਲ ਤੇ ਹੋ ਗਈ ਹੈ ਜੀ ਦੱਸੋ ਸਾਈਕਲ ਕਿਹਦੇ ਕਰਨਾ ਗਿਆ ਕੁਲਦੀਪ ਨਹੀਂ ਆਇਆ ਜੀ ਕੁਲਦੀਪ ਕੋਟ ਗੁਰੂ ਨਹੀਂ ਆਇਆ ਇੱਕ ਸੌ ਸਤਾਨਵੇਂ ਨੰਬਰ ਆ ਬਾਈ ਜੀ ਜੇ ਕਿਸੇ ਕੋਲ ਪਰਚੀ ਹੈਗੀ ਹੈ 197 ਨੰਬਰ ਦੇਖੋ ਜੀ 197 ਆਪੋ ਆਪਣੀਆਂ ਜੇਬਾਂ ਵੇਖੋ ਬਾਈ ਜੀ 197 ਵਾਲਾ ਰੱਖ ਲਓ ਪਰਚੀ ਬਾਕੀ ਪਾੜ ਦਿਓ ਜੀ 197 ਨੰਬਰ ਆ ਗਿਆ ਬਾਈ ਆ ਰੁਕ ਜਾਵੇ ਰੁਕ ਜਾਵੇ ਵਾਹ ਜੀ ਵਾਹ ਇਹਦੇ ਮੈਨੂੰ ਪਿੰਡ ਵਾਲਾ ਲੱਗਦਾ ਜਿਹੜੇ ਭੰਗੜੇ ਪੈ ਗਏ ਨਹੀਂ ਬਾਈ ਬਾਹਰ ਦਾ ਬਾਈ ਚਲੋ ਕੋਈ ਗੱਲ ਨਹੀਂ ਕਿਹੜਾ ਪਿੰਡ ਪੁੱਛ ਨੀ ਮੁੰਡੇ ਦਾ ਵੱਡਾ ਘਰ ਦਾ ਬਾਈ ਜੀ ਮੁੰਡਾ ਵੱਡੇ ਘਰ ਦੇ ਮੁੰਡੇ ਸਾਈਕਲ ਆ ਗਿਆ ਬਾਈ ਵੱਡਾ ਘਰ ਕੁਲਦੀਪ ਕੋਟ ਗੁਰੂ ਦੀ ਲਾਈਨ
ਉਧਰ ਕੋਟਕਪੂਰ ਵਾਲਾ ਕਹਿੰਦਾ ਕੁਲਦੀਪ ਵੀ ਲੈ ਤੱਕ ਰਿਹਾ ਉਹਦੇ ਚਾਚਾ ਜੀ ਵੀ ਲੈ ਤੱਕ ਰਹੇ ਆ ਸਾਰਾ ਕੋਟਕਪੂਰ ਬੈਠਾ ਹੋਣਾ ਹੈ ਉਧਰ ਨਾਚ ਗਈ ਨਾ ਚੌਦਾਂ ਹੋ ਗਏ ਦੋ ਨੰਬਰਾਂ ਦੀ ਖੇਡ ਬਾਕੀ ਹੈ ਚੌਦਾਂ ਹੋ ਗਏ ਖੇਡ ਮੈਦਾਨ ਦੇ ਵਿੱਚ ਬੂਟੇ ਬਾਈ ਇਹੋ ਜਿਹਾ ਜੀ ਵਾਹ ਸੋਮਦਾਸ ਜੀ ਸ਼ਰਮਾ ਸਾਡੇ ਉਹਨਾਂ ਬਣਿਓ ਬਣਿਓ 500 ਨੇ ਟੀਮ ਜਿੱਤ ਗਈ ਗੰਦਗਾ ਆਪਾਂ ਵੀ ਸਖਤ ਬਣੀਏ ਤੇ ਫੇਰ ਹੀ ਖਿਡਾਰੀ ਜਿਹੜੇ ਆਉਂਦੇ ਹੈ ਸਾਰੇ ਪਲੇਅਰ ਹੀ ਲਾਈਵ ਦੇਖੀ ਜਾਂਦੇ ਆ ਧੰਨਵਾਦ ਜੀ ਧੰਨਵਾਦ ਜਿੰਨੇ ਵੀ ਪਲੇਅਰ ਦਰਸ਼ਕ ਲਾਈਵ ਪਾਣੀ ਵਾਲੇ ਪ੍ਰਧਾਨ ਦੇ ਲਈ 500 ਦੇ ਵੱਡੇ ਮਾਣ ਕਰ ਗਿਆ ਵੱਡਾ ਧੰਨਵਾਦ ਸਾਡੇ ਵੀਰ ਦਾ ਆਪਾਂ ਕਰਾਂਗੇ ਪ੍ਰਗਟ ਕਹਿੰਦੇ ਨੱਥੂ ਵਾਲੀਆ ਉਹ ਪੁੱਜਿਆ ਹੋਇਆ ਨੰਬਰ ਨੇੜੇ ਤੇੜੇ ਜੇ ਲੱਗੇ ਹੈ ਉਹ ਨੰਬਰ ਕਹਿੰਦੇ ਨੇੜੇ ਤੇੜੇ ਜੇ ਲੱਗੇ ਹੈ ਬਾਈ ਆਓ ਜਲਦੀ ਦੇ ਨਾਲ ਮਾਨਾ ਤੇ ਆਦਮਪੁਰਾ ਜੀ ਕਿਉਂ ਨੀ ਆ ਰਹੀਆਂ ਟੀਮਾਂ ਆਦਮਪੁਰੇ ਦੀ ਟੀਮ ਦਾ ਖਿਡਾਰੀ ਨੀ ਕੋਈ ਦਿਸ ਰਿਹਾ ਗੁਰਚੇਤ ਜੀ ਆਓ ਜਲਦੀ ਸਮਾਂ ਸਾਂਭੀਏ ਆਪਾਂ ਗੁਰਵੀਰ ਸਿੰਘ ਸੰਘਾ ਜੀ ਪ੍ਰੀ ਕੁਆਟਰ ਰਾਉਂਡ ਹੈ ਜੀ ਪ੍ਰੀ ਕੁਆਟਰ ਦਾ ਮੈਚ ਆ ਬਾਕੀ ਕੁਆਟਰ ਨਿਬੜ ਗਏ ਸੈਮੀ ਸ਼ੁਰੂ ਹੋਣ ਜਾ ਰਿਹਾ ਜੀ ਉਧਰ ਸੈਮੀ ਚੱਲਣਾ ਹਜੇ ਚੱਲਿਆ ਨੀ ਗਾ ਮੈਨੂੰ ਲੱਗਦਾ ਵੀ 15ਵਾਂ ਲੱਗ ਗਿਆ ਜੀ ਲਾਸਟ ਹਿਆਰ ਆ ਗਿਆ ਜੋਗਾ ਗੰਡ ਵਾਲਾ ਸੈਂਟਰ ਦੇ ਵਿੱਚ ਓ ਬੱਲੇ ਬਾਈ ਨੀਟਾ ਕਵੈਤ ਜੇ ਇੱਥੇ ਪਹੁੰਚਿਆ ਤਾਂ ਬਾਈ ਸਹੀ ਇੱਥੇ ਪਹੁੰਚੇ ਬਾਈ ਨੀਟਾ ਕਵੈਤ ਹੈਲੋ ਹੈਲੋ ਵੀਰੇ ਆਦਮਪੁਰ ਦੀ ਟੀਮ ਨੂੰ ਬੇਨਤੀ ਹੈ ਵੀ 2 ਮਿੰਟ ਤੁਹਾਡੇ ਕੋਲ ਕਮਲਜੀਤ ਸਿੰਘ ਆਪਣੇ ਆਪਣੇ ਜੇ ਸਟੇਜ ਤੇ ਪਹੁੰਚਣ ਜੇ ਇੱਥੇ ਆਪਣੇ ਕੋਲ ਪਹੁੰਚੇ ਤਾਂ ਕਮਲਜੀਤ ਸਿੰਘ ਧੰਨਵਾਦ ਹੈ ਸਾਰੇ ਵੀਰਾਂ ਦਾ ਸੱਤਾ ਕਨੇਡਾ ਨਾਲ ਭੱਲੇ ਨਾਲ ਮਾਪਾ ਤੇ ਨਾਲ ਗਹਿਰੀ ਬਾਈਆ ਹਰੇਲੀ ਵਾਲਾ ਹੋਰ ਯਾਰਾਂ ਦੇ ਯਾਰ ਕਹਿੰਦੇ ਇਕੱਠੇ ਬੈਠੇ ਹੈ ਵੱਡਾ ਧੰਨਵਾਦ ਹੈ ਬਾਈ ਜੀ ਆਦਮਪੁਰੇ ਵਾਲੇ ਮੁੰਡੇ ਲਾਸਟ ਕਾਲ ਹੈ ਆਦਮਪੁਰੇ ਨੂੰ ਵਾਹ ਵਾਹ ਕਰਦੀ ਆਦਮਪੁਰੇ ਵਾਲੇ ਮੁੰਡੇ ਆਓ ਜੀ ਧੰਨਵਾਦ ਜੀ ਪਿਆਰ ਕਰਦੇ ਆ ਬੜੇ ਨੇਕ ਦਿਲ ਇਨਸਾਨ ਨੇ ਖੇਡਾਂ ਦੀ ਦੁਨੀਆਂ ਦੇ ਵਿੱਚ ਕਹਿੰਦੇ ਬਹੁਤ ਵੱਡਾ ਨਾਮ ਹੈ ਉਹ ਵੀ ਅੱਜ ਚੇਚੇ ਤੌਰ ਤੇ ਪੁੱਜੇ ਹੋਏ ਹੈ ਵੱਡਾ ਧੰਨਵਾਦ ਆਪਾਂ ਕਰਾਂਗੇ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਕ ਨੰਬਰ ਦੇ ਉੱਪਰ ਖੇਡ ਕਹਿੰਦੇ ਬਾਕੀ ਹੈ ਆਦਮਪੁਰੇ ਦੀ ਟੀਮ ਨੂੰ ਸਾਡੀ ਬੇਨਤੀ ਹੈ ਕਿ 2 ਮਿੰਟ ਤੋਂ ਪਹਿਲਾਂ ਗਰਾਊਂਡ ਤੇ ਪਹੁੰਚ ਜੇ ਤਿੰਨੀ ਅਸੀਂ ਟੀਮ ਇੱਥੋਂ ਵੀ ਕੱਟ ਦੇਣੀ ਹੈ
ਭਰਾਵੋ ਸੁਣਿਆ ਕਰੋ ਬੇਨਤੀ ਨੂੰ, ਕਿਉਂਕਿ ਖਿਡਾਰੀ ਵੀਰਾਂ ਨੂੰ ਬੇਨਤੀ ਆ, ਉਹਨਾਂ ਦੇ ਇੱਥੇ ਪਹੁੰਚ ਕੇ ਧੰਨਵਾਦ ਕਰਦੇ ਆ। ਇਹ ਅਵਤਾਰ ਸਿੰਘ ਤਾਰੀ ਵਾਲੀ ਭਤੀਜੇ ਨੇ, ਦੋਨੇ ਬਹੁਤ ਸੋਹਣਾ ਸਾਡੇ ਕੋਲ ਕ੍ਰਿਕਟ ਦੇ ਖਿਡਾਰੀ ਨੇ, ਅਸੀਂ ਉਹਨਾਂ ਦੇ ਪਹੁੰਚ ਕੇ ਤਹਿ ਦਿਲੋਂ ਧੰਨਵਾਦ ਕਰਦੇ ਕਰਦੇ। ਹਲੇ ਜੀ ਉਹ ਹਲੇ ਜੀ ਮੁੱਕਿਆ ਫਿੱਟ ਰਿਹਾ ਹਲੇ ਜੀ ਬੂਟੇ, ਮੈਂ ਤੁਹਾਨੂੰ ਵੇਖਣ ਨੂੰ ਅਸੀਂ ਮਹੀਨਾ ਹੋ ਗਿਆ। ਵਾਹ ਜੀ ਵਾਹ, ਇੱਕ ਨੰਬਰ ਉਹ ਬੇਨਤੀ ਕਰੋ ਜੇ ਤੁਹਾਡੀ ਰਹਿੰਦੀ ਆ ਦਮ, ਹੁਣ ਆਪਣੀ ਮਿਹਨਤ ਕੀਤਾ ਫਾਇਦਾ। ਹੈਲੋ ਹੈਲੋ, ਹਾਂਜੀ ਬਹੁਤ ਬਹੁਤ ਟੂਰਨਾਮੈਂਟ ਵਿੱਚ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਿੱਚੋ ਕੰਮ, 500 ਦੇ ਨੇੜੇ ਜਾਣਾ ਚਾਹੀਦਾ ਕੰਮ। ਚਲੋ ਯਾਰ ਕੋਈ ਨੀ, ਚਲਾਓ ਮੈਂ ਮੇਜਰ ਸਿੰਘ ਸੰਧੂ ਦਾ ਲੜਕਾ ਰਿਹਾ ਉਹ ਹੈਗਾ ਤਾਂ ਉਹਦਾ ਸਨਮਾਨ ਚੰਦ ਸਾਡੇ ਕੋਲੇ ਪਿਆ, ਜਾਂ ਬਾਈ ਜਗਜੀਤ ਸਿੰਘ ਜੱਗੂ ਹੋਊਗਾ ਇੱਥੇ, ਉਹਨੂੰ ਸਾਨੂੰ ਬੇਨਤੀ ਆ ਵੀ ਉਹਦੀ ਹੈਲੋ ਸਨਮਾਨ ਚੰਦ ਲੈ ਕੇ ਜਾ ਕੇ ਜਾਓ ਕਰਾਓ ਜੀ ਮੈਚ ਮੈਚ। ਤਾਰੀਆਂ ਨੂੰ ਬੇਨਤੀ ਕਰਦੇ ਆ ਭਾਈ ਆਓ ਵਾਰ ਵਾਰ ਮਿੰਟਾਂ ਨਾ ਕਰਾਓ, ਜਿਹਦੇ 19 ਪਹਿਲਾਂ ਹੋ ਗਈ ਕੋਈ ਚੇਂਜ ਨਹੀਂ ਹੋਣੀ ਬਾਈ, ਉਧਰ ਮੈਚ ਚਲਾ ਦੀ ਆਪਾਂ ਜੁਗਨੂ ਫਿਰ ਕਟਿਆਲੀ ਨੂੰ ਹਰੀ ਸਿੰਘ ਕਰਦੇ ਸ਼ੁਰੂ ਕਰਦੇ ਕਰੋ ਸ਼ੇਅਰ ਕਰੋ, 300 ਤੋਂ ਬੰਦਾ ਫੇਰ ਬੜਾ ਬੱਚੇ ਆਏ ਨਾ ਕਰੋ, ਮੇਰਾ ਵੀ ਖਿੱਚੋ ਕੰਮ ਮਾੜਾ ਸ਼ੇਅਰ ਵਾਲਾ, ਮੈਚ ਬਹੁਤ ਤਕੜਾ ਹਣੀ ਕਰਾ ਮੈਚ ਕੋਈ ਗੱਲ ਨਹੀਂ। ਕੋਈ ਗੱਲ ਨਹੀਂ, ਉਨੀਆਂ ਦੀ ਗੇਮ ਹੋ ਗਈ ਜੀ, ਉਨੀਆਂ ਦੀ ਗੇਮ ਚਲੋ ਚੇਂਜ ਹੋਈ ਸੀ। ਸੁਖਪ੍ਰੀਤ ਸੁੱਖਾ ਜੀ, ਹਾਂਜੀ ਹਾਂਜੀ ਵਧੀਆ ਜੀ, ਕੀ ਹਾਲ ਚਾਲ ਇੱਧਰੋਂ ਸੁੱਖ ਪੰਜੇਟਿਆਂ ਵਾਲਾ ਗਲਤ ਨਹੀਂ ਕਰੀ ਤਰ੍ਹਾਂ ਦਾ ਵੱਡੀਆਂ ਗਲਤ ਹਾਂਜੀ ਹਾਂਜੀ ਸ਼ੁਰੂ ਹੋ ਗਿਆ ਜੀ। ਪਹਿਲਾਂ ਗੱਗੂ ਬਾਈ ਬੂਟੇ ਬਾਈ ਨੇ ਬੋਲਤਾ ਸੀ, ਇੱਧਰ ਵੱਧ ਲੋੜ ਆ ਕਿ ਇੱਧਰ ਚੀਜ਼ਾਂ ਚੱਲੀ ਜਾਣ ਦੇ 30% ਹੋ ਗਿਆ। ਸਪੀਡ ਪੁੱਛਦਾ, ਸਪੀਡ ਕਿੱਧਰ ਵੱਧ ਚਾਹੀਦੀ ਹੈ? ਆਪਾਂ ਕੱਟ ਕੇ ਚਲਾ ਲੈਂਦੇ ਵੀਰੇ। ਫਰੋਸ਼ਾ ਬੀ ਸੰਧੂ ਸਾਹਿਬ ਜੀ ਨਹੀਂ ਆਈ ਜੀ, ਫਰੋਸ਼ਾ ਬੀ ਲੱਭਾ ਖੇਡ ਰਿਹਾ ਫਰੋਸ਼ਾ ਤੀਰਥ ਦੀ ਟੀਮ ਚ, ਜਿਹੜੀ ਆਹ ਮੈਚ ਜਿੱਤ ਗਈ ਵੀਰੇ ਕਟਿਆਲੀ ਤੇ ਪੁੱਟੀ ਵਾਲੇ ਚੋਂ, ਇੱਕ ਕੁਆਟਰ ਮੈਚ ਆ ਉਹਦਾ ਮੈਚ ਲੱਗਣਾ ਫਰੋਸ਼ਾ ਤੀਰਥ ਦੇ ਨਾਲ ਲੱਭੇ ਦੇ ਨਾਲ, ਰਾਜਦੀਪ ਖੇਡ ਰਿਹਾ ਬਿੰਗਾਲੇ ਵਾਲਾ ਬਾਹਰੋਂ, ਭਨੈਰੀ ਆਈ ਸੀ ਆਰ ਕੇ ਵਰਮਾ ਜੀ ਕਟਿਆਲੀ ਤੋਂ।